ਪ੍ਰੋਗਰਾਮ 16 ਨੇ ਸੱਚੇ ਵਿੱਚ ਤੁਹਾਡਾ ਸਭ ਦਾ ਸਵਾਗਤ ਮੈਂ ਹਾਂ ਸੰਦੀਪ ਲਾਦੂ ਕਾ ਅੱਜ ਬੜਾ ਅਹਿਮ ਦਿਨ ਸੀ ਪੰਜਾਬ ਦੇ ਲਈ ਕਿਉਂਕਿ ਵਿਧਾਨ ਸਭਾ ਦੇ ਵਿੱਚ ਸੈਸ਼ਨ ਇਸ ਸਤਵਾਂ ਸੈਸ਼ਨ ਹੈ ਸਰਕਾਰ ਦਾ ਜਿਸ ਦੀ ਅਸੀਂ ਗੱਲਬਾਤ ਕਰਨੀ ਹੈ ਕਿ ਅੱਜ ਕੀ ਕੁਝ ਖਾਸ ਰਿਹਾ ਸਰਕਾਰ ਕਿਹੜੇ ਮੁੱਦਿਆਂ ਦੇ ਉੱਤੇ ਘਿਰਦੀ ਦਿਖਾਈ ਦਿੱਤੀ ਔਰ ਸਰਕਾਰ ਦੇ ਜਿਹੜੇ ਸੱਤਾਧਿਰ ਦੇ ਜਿਹੜੇ ਪਾਸੇ ਬੈਠਣ ਵਾਲੇ ਵਿਧਾਇਕ ਨੇ ਉਹਨਾਂ ਨੇ ਕੀ ਕੀ ਦਾਅਵੇ ਕੀਤੇ ਔਰ ਇੱਕ ਸਪੀਕਰ ਸਾਹਿਬ ਦੇ ਵੱਲੋਂ ਕੀਤਾ ਗਿਆ ਜ਼ਿਕਰ ਮੁੱਦੇ ਦਾ ਉਹ ਵੀ ਬੜਾ ਚਰਚਾ ਦਾ ਵਿਸ਼ਾ ਬਣ ਗਿਆ ਇੱਕ ਇੱਕ ਕਰਕੇ ਸਾਰੇ ਮੁੱਦਿਆਂ ਦੇ ਉੱਤੇ ਗੱਲਬਾਤ ਕਰਾਂਗੇ ਨਾਲ ਲੱਗਵੇਂ ਕਿਸਾਨਾਂ ਦਾ ਵੀ ਇੱਕ ਵੱਡਾ ਕਾਠਾ ਜਿਹੜਾ ਮਟਕਾ ਚੌਂਕ ਤੱਕ ਪੁੱਜਦਾ ਉਹ ਵੀ ਗੱਲ ਕਰਨੀ ਹੈ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ ਪਹਿਲਾ ਵਿਧਾਨ ਸਭਾ ਦੀ ਸੀ ਗੱਲ ਕਰ ਲਈਏ ਸੈਸ਼ਨ ਦਾ ਪਹਿਲਾ ਦਿਨ ਸੀ ਕਈਆਂ ਨੇ ਤੇ ਇਥੋਂ ਤੱਕ ਵੀ ਮਿਹਨੇ ਮਾਰੇ ਸਰਕਾਰ ਨੂੰ ਕਿ ਪਹਿਲਾਂ ਤੁਸੀਂ ਬੜੀਆਂ ਲੰਮੀਆਂ ਵੱਡੀਆਂ ਗੱਲਾਂ ਕਰਦੇ ਸੀ ਕਿ ਸੈਸ਼ਨ ਦਾ ਦਿਨ ਵੱਡੇ ਹੋਣ ਲੰਮੇ ਹੋਣ ਪਰ ਤੁਸੀਂ ਤੇ ਸੰਗੋੜ ਕੇ ਰੱਖਤਾ ਦੋ ਤਿੰਨ ਦਿਨ ਦਾ ਸੈਸ਼ਨ ਕਰਦੇ ਹੋ ਕਿਸੇ ਨੂੰ ਮੌਕਾ ਨਹੀਂ ਮਿਲਦਾ ਪਰ ਜਿੰਨਾ ਵੀ ਮੌਕਾ ਮਿਲਿਆ ਉਸ ਮੌਕੇ ਦੇ ਵਿੱਚੋਂ ਅੱਜ ਖਾਸ ਕੀ ਕੁਝ ਰਿਹਾ ਜਿਹੜੀਆਂ ਦੋ ਚਾਰ ਮੇਨ ਮੁੱਖ ਗੱਲਾਂ ਨੇ ਦੇਖੋ ਸੰਦੀਪ ਸਭ ਤੋਂ ਵੱਡੀ ਇਹ ਗੱਲ ਹੈ ਕਿ ਮੈਨੂੰ ਲੱਗਦਾ ਕਿ ਪੰਜਾਬ ਦੇ ਡੀਜੀਪੀ ਗੌਰਵ ਜਾਦਵ ਸਾਹਿਬ ਨੂੰ ਇੱਕ ਹਵਨ ਕਰਾ ਲੈਣਾ ਚਾਹੀਦਾ ਹੈਗਾ ਕਦੀ ਤੇ ਐਸਐਚਓ ਤੋਂ ਲੈ ਕੇ ਤੇ ਐਸਐਸਪੀ ਤੱਕ ਉਹਨਾਂ ਦੀਆਂ ਗਲਤੀਆਂ ਉਹਨਾਂ ਦੀਆਂ ਯਾਰੀਆਂ ਉਹਨਾਂ ਦੀਆਂ ਗੈਂਗਸਟਰਾਂ ਦੇ ਨਾਲ ਉਹਨਾਂ ਦੇ ਗੈਰ ਸਮਾਜਿਕ ਅਨਸਰਾਂ ਦੇ ਬਰ ਰੋਨਾਂ ਦੀ ਪੈਸੇ ਦੀ ਭੁੱਖ ਨੂੰ ਲੈ ਕੇ ਕੰਮ ਗੈਰਕਾਨੂੰਨੀ ਉਹ ਕਰਦੇ ਨੇ ਤੇ ਸਫਾਈਆਂ ਡੀਜੀਪੀ ਸਾਹਿਬ ਨੂੰ ਦੇਣੀਆਂ ਪੈਂਦੀਆਂ ਨੇ ਮਹੀਨੇ ਦੇ ਚਾਰ ਮਹੀਨੇ ਦੇ ਵਿੱਚ ਚਾਰ ਵਾਰ ਤੇ ਹਾਈ ਕੋਰਟ ਉਹਨਾਂ ਨੂੰ ਨਿੱਜੀ ਤੌਰ ਤੇ ਤਲਬ ਕਰ ਲੈਂਦੇ ਨੇ ਤੇ ਚੜੇ ਮਹੀਨੇ ਪਿਛਲੇ ਅਗਸਤ ਮਹੀਨੇ ਦਾ ਰਿਕਾਰਡ ਦੇ ਲਈ ਘੱਟੋ ਘਾਟ 3-4 ਵਰ੍ਹਾਂ ਪੰਜਾਬ ਦੇ ਡੀਜੀਪੀ ਗੌਰਵ ਜੱਧਵ ਸਾਹ ਨੂੰ ਪਿਛਲੇ ਏਟਲੇ ਅਫਸਰਾਂ ਦੀਆਂ ਮਾੜੀਆਂ ਕਰਤੂਤਾਂ ਕਰਕੇ ਡੀਜੀਪੀ ਨੂੰ ਤਲਬ ਹੋਣਾ ਪੈ ਰਿਹਾ ਤੇ ਚੜੇ ਮਹੀਨੇ ਸਤੰਬਰ ਦੇ ਅੱਜ 2 ਸਤੰਬਰ ਆ ਤੇ ਅੱਜ ਪੰਜਾਬ ਵਿਧਾਨ ਸਭਾ ਨੇ ਉਹਨਾਂ ਨੂੰ ਤਲਬ ਕਰ ਲਿਆਗਾ ਹੁਣ ਗਲਤੀਆਂ ਨਿੱਕ ਏਟਲੀਆਂ ਦੀਆਂ ਬਦਮਾਸ਼ੀਆਂ ਏਟਾਂ ਦੀਆਂ ਕਾਲੀਆਂ ਕਰਤੂਤਾਂ ਏਟਾਂ ਦੀਆਂ ਤੇ ਭਰ ਭਾਈ ਕੌਣ ਕਰ ਰਿਹਾ ਗੌਰਵ ਜਾਦਵ ਸਾਹਿਬ ਮੈਨੂੰ ਤਾਂ ਗੌਰਵ ਜਾਦਵ ਸਾਹਿਬ ਤੇ ਤਰਸਦਾ ਕਿ ਇਹੋ ਜੇ ਅਫਸਰ ਤੁਸੀਂ ਹਟਾਓਗਾ ਢਾ ਕੇ ਉਹ ਨਹੀਂ ਦਿੰਦੇ ਤੁਸੀਂ ਸੂਬੇ ਦੇ ਡੀਜੀਪੀ ਉਹ ਐਸਐਚਓ ਐਸਐਸਪੀ ਤੁਹਾਡੇ ਕੋ ਪਾਵਰਾਂ ਨੇ ਠੀਕ ਹੈ ਕਿ ਅੱਜ ਕੱਲ ਐਸਐਸਪੀ ਸਰਕਾਰਾਂ ਲਾਉਂਦੀਆਂ ਨੇ ਡੀਐਸਪੀ ਵੀ ਸਰਕਾਰਾਂ ਲਾਉਂਦੀਆਂ ਨੇ ਐਸਐਚਓ ਵੀ ਸਰਕਾਰਾਂ ਲਾਉਂਦੀਆਂ ਨੇ ਪਰ ਤੁਸੀਂ ਵੀ ਸਟੇਟ ਦੇ ਡੀਜੀਪੀ ਹੋ ਤੁਹਾਡੀ ਵੀ ਜਵਾਬਦੇਹੀ ਉਨੀ ਹੈ ਜਿੰਨੀ ਪੰਜਾਬ ਸਰਕਾਰ ਦੀ ਆ ਤੇ ਤੁਹਾਨੂੰ ਵਾਰ-ਵਾਰ ਹਾਈ ਕੋਰਟ ਤਲਬ ਕਰ ਰਿਹਾ ਤੁਹਾਡੀ ਕੋਈ ਗਲਤੀ ਨਹੀਂ ਜਦੋਂ ਦੇ ਤੁਸੀਂ ਡੀਜੀਪੀ ਲੱਗਿਓ ਜਿਨ੍ਹਾਂ ਦੀ ਗਲਤੀ ਆ ਤੁਸੀਂ ਉਹਨਾਂ ਨੂੰ ਤੁਸੀਂ ਬਚਾਉਂਦੇ ਹੋ ਤੁਸੀਂ ਉਹਨਾਂ ਨੂੰ ਬਚਾਉਂਦੇ ਐ एसएसपी ਬਚਾਉਂਦਾ ਵਾ ਐ ਐਸਐਚਓ ਨੂੰ ਐਸਐਸਪੀ ਬਚਾਉਂਦੇ ਨੇ ਡੀਐਸਪੀ ਨੂੰ ਤੇ ਤੁਸੀਂ ਬਚਾਉਂਦੇ ਹੋ ਐਸਐਸਪੀ ਨੂੰ ਇਸ ਕਰਕੇ ਤੁਹਾਨੂੰ ਹਾਈ ਕੋਰਟ ਚ ਜਾਣਾ ਪੈ ਰਿਹਾ ਕਾਸ਼ ਤੁਸੀਂ ਜਿਹੜਾ ਡੀਐਸਪੀ ਸੀ ਜਿਸ ਦਾ ਅੱਜ ਵੀ ਵਿਧਾਨ ਸਭਾ ਦੇ ਵਿੱਚ ਰੌਲਾ ਪਿਆ ਜਿਨੇ ਲੌਰੰਸ ਬਿਸ਼ਨੋਈ ਨੂੰ ਆਪਣਾ ਮੋਬਾਈਲ ਫੋਨ ਦਿੱਤਾ ਤੁਸੀਂ ਉਹਨੂੰ ਡਿਸਮਿਸ ਕੀਤਾ ਹੁੰਦਾ ਨਾ ਤੇ ਅੱਜ ਕੋਟਕਪੂਰੇ ਜਿਹੜਾ ਪਰਚਾ ਦਰਜ ਹੋਇਆ ਨਾ ਸਪੀਕਰ ਵਿਧਾਨ ਸਭਾ ਕੁਲਤਾਰ ਸਿੰਘ ਸਦਵਾ ਦੇ ਹਲਕੇ ਦੇ ਵਿੱਚ ਉਸ ਨੂੰ ਲੈ ਕੇ ਜਿਹੜਾ ਤੁਹਾਨੂੰ ਤਲਬ ਕੀਤਾ ਗਿਆ ਅੱਜ ਲੋੜ ਨਹੀਂ ਸੀ ਪੈਣੀ ਹੁਣ ਸਭ ਤੋਂ ਵੱਡੀ ਗੱਲ ਸੰਦੀਪ ਸਵਾਲ ਖੜਾ ਹੋ ਗਿਆ ਕਿ ਅੱਜ ਚਰਚਾ ਕਿ ਵਿਧਾਨ ਸਭਾ ਦੇ ਸਪੀਕਰ ਕਿਉਂਕਿ 22 ਸਾਲ ਮੈਨੂੰ ਹੋ ਗਏ ਨੇ ਕਦੀ ਵੀ ਸਪੀਕਰ ਨੇ ਸਟੇਟ ਦੇ ਕੰਮਾਂ ਦੇ ਵਿੱਚ ਦਖਲ ਨਹੀਂ ਦਿੰਦੇ ਹੈਗੇ ਉਹ ਚੀਫ ਮਿਨਿਸਟਰ ਦਾ ਹੁੰਦਾ ਪਰ ਉਹਨਾਂ ਲੱਗਾ ਕਿ ਯਾਰ ਮੇਰੇ ਹਲਕੇ ਦੇ ਵਿੱਚ ਇੱਕ ਐਸਆਈ ਜਿਹੜਾ ਸ਼ਰੇਆਮ ਚਿੱਟੇ ਦਿਨੀ ਆਉਣ ਰਿਕਾਰਡ ਗੈਂਗਸਟਰਾਂ ਕੋ ਪੈਸੇ ਲੈਂਦਾ ਆਪਣੇ ਖਾਤੇ ਦੇ ਵਿੱਚ ਤੇ ਉੱਥੋਂ ਦੀ ਪੁਲਿਸ ਕਿਉਂਕਿ ਜਦੋਂ ਰੋਜ਼ ਮੁਕਦਮੇ ਦਰਜ ਕੀਤੇ ਜਾਂਦੇ ਨੇ ਔਰ ਪ੍ਰੈਸ ਨੂੰ ਬਿਆਨ ਜਾਂਦੇ ਕਿਉਂਕਿ ਪੁਲਿਸ ਨੇ ਮਾੜਾ ਜਿਹਾ ਇੱਕ ਚੋਰ ਫੜ ਦੇਣਾ ਤੇ ਇੱਕ ਚੋਰ ਹੁੰਦਾ ਤੇ ਪਿੱਛੇ 20 ਜਾਣੇ ਖੜੇ ਹੁੰਦੇ ਨੇ ਐਸਐਸਪੀ ਵੀ ਖੜਾ ਹੁੰਦਾ ਡੀਐਸਪੀ ਵੀ ਖੜਾ ਹੁੰਦਾ ਤੇ ਇੱਕ ਤੁਹਾਡੇ ਹੀ ਕਾਲੀ ਭੇੜ ਜਿਹੜੀ ਗੈਂਗਸਟਰਾਂ ਕੋ ਪੈਸੇ ਲੈਂਦਾ ਰਿਹਾ ਉਹਦੀ ਤੁਸੀਂ ਸੂਵ ਨਹੀਂ ਲਗਨ ਦਿੱਤੀ ਹੁਣ ਕੋਟਕਪੂਰਾ ਕਿਉਂਕਿ ਕੁਲਤਾਰ ਸਿੰਘ ਸਧਵਾ ਸਾਹਿਬ ਦਾ ਹਲਕਾ ਉਹਨਾਂ ਨੂੰ ਲੱਗੀ ਅੱਗ ਵੀ ਮੇਰੇ ਹਲਕੇ ਦੇ ਵਿੱਚ ਮੇਰੇ ਇਲਾਕੇ ਦੇ ਵਿੱਚ ਹੀ ਇੱਕ ਐਸਐਚਓ ਲੈਵਲ ਦਾ ਅਧਿਕਾਰੀ ਗੈਂਗਸਟਰਾਂ ਕੋ ਪੈਸੇ ਲੈਂਦਾ ਹੌਨ ਰਿਕਾਰਡ ਐਫਆਈਆਰ ਦੇ ਵਿੱਚ ਦਰਜ ਆ ਪੈਸਿਆਂ ਚ ਪਾਉਂਦਾ ਰਿਹਾ ਪੈਸਿਆਂ ਚ ਪੈਸੇ ਪਾਉਂਦਾ ਰਿਹਾ ਤੇ ਲੋਕੀ ਤੇ ਗੱਲਾਂ ਕਰਦੇ ਹੋਗੇ ਕਿ ਉੱਥੇ ਸਪੀਕਰ ਦਾ ਕੀ ਲੈਣਾ ਦੇਣਾ ਸਪੀਕਰ ਕਿਉਂਕਿ ਕੋਟਕਪੂਰੇ ਦੇ ਹਲਕੇ ਦੇ ਲੋਕਾਂ ਦਾ ਜਵਾਬ ਦੇ ਆ ਉਹਨਾਂ ਨੇ ਫਿਰ ਅੱਜ ਘੱਟੋ ਘੱਟ ਬੜੀ ਸਿਆਣਪ ਦੇ ਨਾਲ ਬੜੀ ਸੂਝਬੂਝ ਦੇ ਨਾਲ ਕਿ ਉਹ ਉਹ ਚਾਹੁੰਦੇ ਨਹੀਂ ਸੀ ਕਿ ਸਰਕਾਰ ਨਾਲ ਤਣਾਅ ਵਧੇ ਟਕਰਾਵ ਵਧੇ ਕਿਉਂਕਿ ਪਹਿਲਾਂ ਵੀ ਦਿੱਲੀ ਨੂੰ ਆ ਕੇ ਸੀਐਮ ਸਾਹਿਬ ਔਰ ਕਿ ਸਪੀਕਰ ਸਾਹਿਬ ਦੇ ਵਿਚਕਾਰ ਜੱਫੀਆਂ ਪਵਾਇਆਂ ਗਏ ਨੇ ਉਹ ਨਹੀਂ ਚਾਉਂਦੇ ਆਗੇ ਉਹਨਾਂ ਨੇ ਬੜੀ ਸਿਆਣਪ ਦੇ ਨਾਲ ਉਹ ਇੱਕ ਨਵਾਂ ਐਗਜ਼ਾਮਪਲ ਸੈੱਟ ਕੀਤੀ ਹੈਗੀ ਪਹਿਲਾਂ ਕਦੇ ਵੀ ਕਿਸੇ ਸਪੀਕਰ ਨੇ ਹਾਊਸ ਕੋ ਪ੍ਰਵਾਨਗੀ ਲਈ ਆ ਜਿਹੜੇ ਜਿੰਨੇ ਵੀ ਐਮ.ਐਲ.ਏ ਬੈਠੇ ਸੀ ਕਿ ਕਿਉਂ ਨਾ ਆਪਾਂ ਇਸ ਮਸਲੇ ਦੇ ਵਿੱਚ ਡੀ.ਜੀ.ਪੀ ਕੋ ਪੁੱਛਿਆ ਜਾਵੇ ਕਿ ਉਹ ਵੀ ਬੰਦੇ ਦੱਸੇ ਜਾਣ ਔਰ ਕਿੱਡੀ ਵੱਡੀ ਗੱਲ ਹੈ ਕਿ ਉਹਨਾਂ ਨੂੰ ਥਾਣੇਦਾਰ ਨੂੰ ਬਚਾ ਕੌਣ ਰਿਆ ਸੀ ਉਹਦੇ ਵਾਰ-ਵਾਰ ਕਿਹੜੇ ਪੋਲੀਟੀਸ਼ਨ ਦੇ ਨਾਲ ਗੱਲਾਂ ਹੋ ਰਹੀਆਂ ਸੀ ਕਿਉਂਕਿ ਉਹਨੂੰ ਲੱਗਾ ਕਿ ਉਹਨਾਂ ਨੇ ਆਪਣੀ ਚਮੜੀ ਵੀ ਬਚਾਈ ਹੈ ਗੇ ਔਰ ਮੇਰੇ ਇਲਾਕੇ ਦੇ ਵਿੱਚ ਇਹ ਕੁਝ ਹੋ ਰਿਹਾ ਕੱਲ ਨੂੰ ਤੇ ਲੋਕਾਂ ਨੇ 100 ਗੱਲਾਂ ਕਰਨੀਆਂ ਨਾ ਕਿ ਪਤਾ ਨਹੀਂ ਸਪੀਕਰ ਹੀ ਮਿਲੇਗਾ ਉਹਨਾਂ ਆਪਣੀ ਬਚਾਉਣ ਲਈ ਵਾਸਤੇ ਆਪਣੀ ਵੀ ਚਮੜੀ ਬਚਾਈ ਔਰ ਸਰਕਾਰ ਦੀ ਵੀ ਚਮੜੀ ਬਚਾਈ ਔਰ ਇੱਕ ਗੱਲ ਇਹ ਵੀ ਉਹਨਾਂ ਨੇ ਪਹਿਲ ਇਸ ਕਰਕੇ ਕਰ ਦਿੱਤੀ ਜੇ ਕਿਤੇ ਵਿਰੋਧੀਆਂ ਦੇ ਹੱਥੇ ਮੁੱਦਾ ਪਹਿਲਾਂ ਲੱਗ ਜਾਂਦਾ ਫਿਰ ਸਭ ਤੋਂ ਵੱਡੇ ਸਵਾਲ ਹੀ ਸਪੀਕਰ ਨੂੰ ਹੋਣੇ ਸੀ ਵਿਰੋਧੀ ਅਨੇ ਤੇ ਅੱਜ ਵੀ ਘੇਰਨ ਦਾ ਯਤਨ ਕੀਤਾ ਬੁਰੀ ਤਰ੍ਹਾਂ ਫਸ ਚੁੱਕੇ ਜਦੋਂ ਆਪਾਂ ਉੱਪਰ ਸਾਰੇ ਬੈਟੇ ਪਿਆ ਲੈ ਵੀ ਅੱਜ ਪੰਗਾ ਪੈ ਗਿਆ ਕੁਲਦਾਰ ਸਿੰਘ ਸੰਧਵਾ ਨੇ ਪੰਗਾ ਪਾ ਲਿਆ ਸਰਕਾਰ ਬੁਰੀ ਤਰ੍ਹਾਂ ਘਿਰ ਗਈ ਕੋਟ ਕਬੂਰੀ ਦਾ ਮਸਲਾ ਹੀ ਪੰਜਾਬ ਦਾ ਮਸਲਾ ਨਹੀਂ ਸੀ ਪਰ ਕਿਉਂਕਿ ਜਦੋਂ ਇਧਰੋਂ ਲਗਾਤਾਰ ਅਟੈਕ ਹੋਏ कुमार विजय प्रताप ਵੀ ਅੱਜ ਕੱਲ ਆਪੋਜੀਸ਼ਨ ਪਾਰਟੀ ਦਾ ਐਮਐਲਏ ਸਮਝ ਲਓ ਸਭ ਤੋਂ ਪਹਿਲਾਂ ਉਹਨਾਂ ਕੋਲ ਆਏ ਕਿ ਯਾਰ ਆਪਾਂ ਮੈਨੂੰ ਸਲਾਹ ਦੋ ਹਾਊਸ ਸਲਾਹ ਦੇਵੇ ਕੁਮਰ ਵਿਜੇ ਪ੍ਰਤਾਪ ਕਿਹਾ ਕਿ ਨੇ 18-19 ਸਾਲ ਨੌਕਰੀ ਕੀਤੀ ਆ ਔਰ ਆਈਪੀਐਸ ਅਫੀਸਰ ਨੇ ਬੜੀਆਂ ਵੱਡੀਆਂ ਵੱਡੀਆਂ ਉਹਨੇ ਇਨਵੈਸਟੀਗੇਸ਼ਨਾਂ ਕੀਤੀਆਂ ਨੇ ਉਹਨਾਂ ਨੇ ਕਿਹਾ ਕਿ ਦੇ ਕਿਉਂਕਿ ਉਹਨਾਂ ਦੇ ਗੱਲ ਹੀ ਖਤਮ ਕਰਤੀ ਉਹਨੇ ਉਹਨਾਂ ਦੇ ਇੱਕੋ ਲਾਈਨ ਚ ਗੱਲ ਮੁੱਕਦੀ ਹੋ ਗਈ ਕਿ ਜੀ ਇੱਥੇ ਤੇ ਆਵਾਈ ਉੱਤਿਆ ਕਹਿੰਦੇ ਸਰਕਾਰ ਆਪਾਂ ਨਹੀਂ ਚਲਾਉਂਦੇ ਮਾਫੀਆ ਚਲਾ ਰਿਹਾ ਕਿਉਂਕਿ ਮਾਫੀਆ ਕਾਲੀਆਂ ਵੇਲੇ ਵੀ ਸੀ ਕਾਂਗਰਸ ਵੇਲੇ ਵੀ ਝਾੜੂਆਂ ਵੇਲੇ ਫਿਰ ਕਹਿੰਦੇ ਪ੍ਰਤਾਪ ਸਿੰਘ ਬਾਜਵਾ ਇਸ ਟਾਈਮ ਸੀਨੀਅਰ ਮੋਸਟ ਉਹਨਾਂ ਕਹਿੰਦੇ ਜੀ ਬਹੁਤ ਚੰਗੀ ਗੱਲ ਹੈ ਪ੍ਰਤਾਪ ਸਿੰਘ ਬਾਜਵਾ ਦਾ ਸਟਾਈਲ ਬਹੁਤ ਵਧੀਆ ਬਹੁਤ ਚੰਗੀ ਗੱਲ ਹੈ ਸਪੀਕਰ ਸਾਹਿਬ ਤੁਸੀਂ ਤੇ ਆਪ ਹੀ ਬਹੁਤ ਸਿਆਣੇ ਹੋ ਪਰ ਮੇਰੀ ਵੀ ਇੱਕ ਮੰਨ ਲਓ ਪੀਓ ਸੇ ਡੀਐਸਪੀ ਦੇ ਖਿਲਾਫ ਵੀ ਮੁਕਦਮਾ ਦਰਜ ਕਰ ਦਿਓ ਜਿੰਨੇ ਗੈਂਗਸਟਰ ਲਾਰੈਂਸ ਬਚਰੋਈ ਨੂੰ ਆਪਣਾ ਮੋਬਾਈਲ ਫੋਨ ਦੇ ਕੇ ਤੁਸੀਂ ਉਹਦੀ ਇੰਟਰਵਿਊ ਕਰਵਾਈ ਹੁਣ ਦੇਖਣਾ ਉਸ ਸਮੇਂ ਪੰਜਾਬ ਸਰਕਾਰ ਨੇ ਕਾਰਵਾਈ ਨਹੀਂ ਕੀਤੀ ਇੱਕ ਡੀਐਸਪੀ ਜਿਹੜਾ ਐਸਐਸਪੀ ਨੂੰ ਵੀ ਪਤਾ ਹੋਊਗਾ ਤੇ ਐਸਐਚਓ ਨੂੰ ਵੀ ਪਤਾ ਹੋਊਗਾ ਸਰਕਾਰ ਨੇ ਐਸਐਚਓ ਤੋਂ ਲੈ ਕੇ ਐਸਐਸਪੀ ਤੱਕ ਅਧਿਕਾਰੀ ਬਦਲ ਦਿੱਤੇ ਸਿਰਫ ਤਬਾਦਲੇ ਕੀਤੇ ਸਸਪੈਂਡ ਨਹੀਂ ਕੀਤੇ ਹੈਗੇ ਕਾਸ਼ ਉਸ ਇਲਾਕੇ ਦਾ ਐਸਐਚਓ ਸੀਆਈ ਇੰਸਪੈਕਟਰ ਸਸਪੈਂਡ ਕੀਤਾ ਹੁੰਦਾ ਡੀਐਸਪੀ ਸਸਪੈਂਡ ਕੀਤਾ ਹੁੰਦਾ ਐਸਐਸਪੀ ਸਸਪੈਂਡ ਕੀਤਾ ਹੁੰਦਾ ਨਾ ਤੇ ਸਰਕਾਰ ਨੂੰ ਅੱਜ ਆਹ ਦਿਨਾਂ ਦੇਖਣੇ ਪੈਂਦੇ ਪਰ ਸਵਾਲ ਉਹ ਡੀਐਸਪੀ ਨੂੰ ਬਚਾ ਕੌਣ ਰਿਹਾ ਭਗਵੰਤ ਮਾਨ ਸਾਹਿਬ ਨੂੰ ਪਤਾ ਹੋਊਗਾ ਕਿ ਉਹ ਕਿਹੜਾ ਬੰਦਾ ਵਿਚਾਰਿਆ ਜਾਂ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਪਤਾ ਹੋਊਗਾ ਉਹ ਡੀਐਸਪੀ ਨੂੰ ਕਿੰਨੇ ਬਚਾਇਆ ਕਿ ਉਹ ਬਚਾਉਣ ਵਾਲੇ ਪੰਜਾਬ 'ਚ ਬੈਠੇ ਜਾਂ ਦਿੱਲੀ ਬੈਠੇ ਨੇ ਹੁਣ ਐਸੇ ਕਰਕੇ ਟਰੈਪ ਦੇ ਵਿੱਚ ਫਸਵਾਸ ਗਏ ਸਰ ਵੈਸੇ ਤੇ ਸਰਕਾਰ ਇਸ ਮਸਲੇ 'ਚ ਘਿਰ ਗਈ ਆ ਬੁਰੀ ਤਰ੍ਹਾਂ ਘਰੀ ਹੈਗੀ ਆ ਪਰ ਉਹਦੇ ਨਾਲ ਸਪੀਕਰ ਸਾਹਿਬ ਨੇ ਬੜੀ ਸਿਆਣਪ ਦੇ ਨਾਲ ਕਿਹਾ ਹਾਲਾਂਕਿ ਉਹਨੂੰ ਪਤਾ ਹੈ ਕਿ ਕਿਉਂਕਿ ਹੋਮ ਡਿਪਾਰਟਮੈਂਟ ਕਿਹਦੇ ਕੋਲ ਆ ਮੁੱਖ ਮੰਤਰੀ ਭਗਵੰਤ ਮਾਨ ਕੋਲ ਔਰ ਮੁੱਖ ਮੰਤਰੀ ਦਾ ਰਾਈਟ ਆ ਪਰ ਉਹ ਰਾਈਟ ਉਹਨੂੰ ਲੱਗਾ ਕਿ ਨਹੀਂ ਉਹਨੇ ਕੋਟਕਪੂਰੇ ਦੀ ਐਗਜ਼ੈਂਪਲ ਦਿੱਤੀ ਉਹਨਾਂ ਦੇ ਜੇ ਕਿਤੇ ਮੰਨ ਲਓ ਕਾਂਗਰਸ ਜੀ ਟਰੈਪ ਚ ਫਸ ਜੰਦੇ ਕਿ ਨਾਲ ਲੱਗਦੇ ਕਿ ਦੇਹੀ ਹੀ ਕਹਿ ਦਿੰਦੇ ਕਿ ਜੀ ਉਹਨੂੰ ਵੀ ਫਿਰ ਗੁਰਸ਼ਮਸ਼ੀਰ ਉਹ ਕਿਹੜਾ ਗੁਰਸ਼ਮਸ਼ੀਰ ਕੀ ਉਹਦਾ ਗੁਰਸ਼ੇਰ ਸਿੰਘ ਵੀ ਗੁਰਸ਼ੇਰ ਸਿੰਘ ਦੇ ਮਸਲੇ ਚ ਵੀ ਡੀਜੀਪੀ ਨੂੰ ਬੁਲਾ ਲਓ ਫਿਰ ਤੇ ਸਿੱਧਾ ਮੁੱਖ ਮੰਤਰੀ ਨੂੰ ਚੈਲੰਜ ਹੋਣਾ ਪਰ ਉਹਨੇ ਬੜੀ ਸਿਆਣ ਪਕਲਤਾਰ ਸਿੰਘ ਸਦਵਾ ਸਾਹਮਣੇ ਵਰਤੀ ਹੈਗੀ ਉਹਨੇ ਕੋਟਕਪੂਰੇ ਤਾਂ ਕਿ ਸੀਮਤ ਰੇ ਨੇ ਪਰ ਇੱਕ ਗੱਲ ਸਭ ਤੋਂ ਵੱਡੀ ਇਹ ਲੇ ਕਿ ਕੀ ਪੁਲਿਸ ਦੇ ਵਿੱਚ ਇੰਨੀਆਂ ਕਾਲੀਆਂ ਭੇਡਾਂ ਨੇ ਜੇ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਹੈ ਤੇ ਪੁਲਿਸ ਵਾਲੇ ਕਰਵਾ ਰਹੇ ਨੇ ਜੇ ਸਿੱਧੂ ਮੂਸੇਵਾਲੇ ਦਾ ਕਾਤਲ ਗੈਂਗਸਟਰ ਟੀਨੂ ਫਰਾਰ ਜੇ ਉਹਨੂੰ ਫਰਾਰ ਕਰਵਾਇਆ ਹੈਗਾ ਉਹ ਸੀਆਈ ਦਾ ਇੰਸਪੈਕਟਰ ਮਾਨਸੇ ਦਾ ਪ੍ਰਿਤਪਾਲ ਸਿੰਘ ਇੱਥੇ ਫਿਰ ਜਿਹੜਾ ਮਸਲਾ ਜਿਹਨੇ ਇੰਟਰਵਿਊ ਕਰਾਈ ਉਹ ਇੰਸਪੈਕਟਰ ਤੇ ਡੀਐਸਪੀ ਔਰ ਐਸਐਸਪੀ ਵੀ ਨੂੰ ਪਤਾ ਹੋਊਗਾ एसएसपी ਵੀ ਹਾਲੀ ਬਦਲਤਾ ਡੀਐਸਪੀ ਵੀ ਬਦਲ ਦਿੱਤਾ ਐਸਐਚਓ ਵੀ ਬਦਲਤਾ ਲੇਕਿਨ ਸਸਪੈਂਡ ਨਹੀਂ ਕੀਤੇ ਆਗੇ ਹੁਣ ਇਹ ਸਭ ਤੋਂ ਵੱਡਾ ਸਵਾਲ ਹੈ ਕਿ ਭਲਕੇ ਡੀਜੀਪੀ ਜਿਹੜੇ ਗੌਰਵ ਜაძਵਾ ਉਹਨਾਂ ਨੂੰ ਇਹ ਪੂਰੀ ਰਿਪੋਰਟ ਜਿਹੜਾ ਮਕਦਮਾ ਦਰਜ ਹੋਇਆ ਉਹ ਸਾਰਾ ਰਿਕਾਰਡ ਅੱਜ ਲੈ ਕੇ ਆਉਣਾ ਪੈਣਾ ਹੈਗਾ ਭਲਕੇ ਸਪੀਕਰ ਦੇ ਚੈਂਬਰ ਦੇ ਵਿੱਚ ਪੇਸ਼ ਹੋਣਗੇ ਹਾਲਾਂਕਿ ਉੱਥੋਂ ਦੇ ਫਰੀਦਕੋਟ ਦਾ ਐਸਐਸਪੀ ਚੰਗਾ ਹੁੰਦਾ ਐਸਐਸਪੀ ਕੋ ਰਾਈਟ ਪੰਜਾਬ ਸਿਵਲ ਸਰਵਿਸ ਰੂਲ 311 ਵਾ ਸ਼ਾਇਦ 311 ਲਾ ਕੇ ਉਹ ਥਾਣੇਦਾਰ ਨੂੰ ਡਿਸਮਿਸ ਕਰ ਸਕਦੇ ਜਿਹੜਾ ਔਨ ਰਿਕਾਰਡ ਆਪਣੇ ਬੈਂਕ ਖਾਤਿਆਂ ਦੇ ਵਿੱਚ ਪੈਸੇ ਲੈ ਰਿਆ ਉਹ ਅੱਜ ਵੀ ਨੌਕਰੀ ਕਰ ਰਿਹਾਗਾ ਤੇ ਸਪੀਕਰ ਨੂੰ ਲੱਗਾ ਹੋਊਗਾ ਨਾ ਕਿ ਕੱਲ ਨੂੰ ਤਾਂ ਸਪੀਕਰ ਦੇ ਗੁੜਾ ਉੱਟਣਗੇ ਸੀ ਤੇ ਮੈਨੂੰ ਲੱਗਦਾ ਕਿ ਸਪੀਕਰ ਨੇ ਮਸਲਾ ਉਠਾ ਕੇ ਇੱਕ ਐਗਜ਼ਾਮਪਲ ਸੈੱਟ ਕੀਤੀ ਨਹੀਂ ਤੇ ਸਪੀਕਰ ਹੁੰਦੇ ਕਿ ਵਿਧਾਨ ਸਭਾ ਦੇ ਪਰ ਉਹ ਇੱਕ ਆਪਣੇ ਹਲਕੇ ਦਾ ਨੁਮਾਇੰਦਾ ਵੀ ਹੈਗਾ ਉਹਨੇ ਆਪਣੇ ਹਲਕੇ ਦੇ ਵੀ ਪ੍ਰਵਾਹ ਕਰਨੀ ਹੈਗੀ ਆ ਹੁਣ ਇਹ ਆ ਕਿ ਪੁਲਿਸ ਦੀਆਂ ਜਿਹੜੀਆਂ ਕਾਲੀਆਂ ਭੇਡਾ ਹੁਣ ਦੇਖੋ ਸਭ ਤੋਂ ਵੱਡੀ ਗੱਲ ਕਿ ਇਸ ਮਸਲੇ ਦੇ ਵਿੱਚ ਪ੍ਰਗਟ ਸਿੰਘ ਹੋਣੇ ਵੀ ਐਸਪੀ ਰੈਂਕ ਦੇ ਪੁਲਿਸ ਦੇ ਵਿੱਚ ਅਧਿਕਾਰੀ ਇਹਨੇ 12-13 ਸਾਲ ਉਹਨਾਂ ਨੇ ਹਜੇ ਸਪੋਰਟਸ ਡਾਇਰੈਕਟਰ ਦੇ ਤੌਰ ਤੇ ਕੰਮ ਕੀਤਾ ਇੰਡੀਆ 올림픽 ਖੇਡਿਆ ਭਾਰਤੀ ਹਾਕੀ ਟੀਮ ਦਾ ਕੈਪਟਨ ਰਿਹਾ 396-400 ਦੇ ਕਰੀਬ ਉਹਨੇ ਇੰਟਰਨੈਸ਼ਨਲ ਮੈਚ ਖੇਡੇ ਨੇ ਉਹਨਾਂ ਨੇ ਆਪਣਾ ਤਜਰਬਾ ਕੀਤਾ ਹੈ ਕਿ ਜਦੋਂ ਵੀ ਅਸੀਂ ਇਹਨਾਂ ਲੋਕਾਂ ਨੂੰ ਹੱਥ ਪਾਉਂਦੇ ਨੇ ਤੇ ਉਹ ਕਹਿੰਦੇ ਜੀ ਪੁਲਿਸ ਦਾ ਮੋਰਲ ਡਾਊਨ ਹੋ ਜਾਊਗਾ ਕਹਿੰਦਾ ਯਾਰ 7000 ਬੰਦਾ ਹੋਊਗਾ ਕਟੋੜ ਕਾਲੀਆਂ ਭੇਡਾਂ ਤੇ 3 ਕਰੋੜ ਪੰਜਾਬੀਆਂ ਦੇ ਮੋਰਲ ਜਿਹੜਾ ਮੋਰਲ ਡਾਊਨ ਆ ਉਹਦੇ ਅਸੀਂ ਧਿਆਨ ਨਹੀਂ ਕਰਦੇ ਪਰ ਜਿਹੜੇ ਲੁਟੇਰੇ ਨੇ ਚੋਰ ਨੇ ਕਾਲੀਆਂ ਭੇਡਾਂ ਨੇ ਗੈਂਗਸਟਰਾਂ ਨੇ ਮਿਲੇ ਹੋਣੇ ਬਦਮਾਸ਼ਾਂ ਨੇ ਮਿਲੇ ਹੋਣੇ ਬੇਈਮਾਨ ਨੇ ਉਹਨਾਂ ਨੂੰ ਅਸੀਂ ਬਚਾਰਿਆ ਗਿਨੇ ਇਹਦਾ ਮਤਲਬ ਸਿਸਟਮ ਦਾ ਪੱਠਾ ਬੈਠਾ ਉਹ ਪੱਠਾ ਬਿਠਾਉਣ ਵਾਲੇ ਕੌਣ ਨੇ ਉਹ ਪੋਲਿਟੀਸ਼ੀਨ ਆ ਕਿਉਂਕਿ ਇੱਥੇ ਦੇ ਸੁਪਰੀਮ ਕੋਰਟ ਨੇ ਵੀ ਡਿਸਮਿਸ ਕੀਤੇ ਹੋਏ ਬੰਦੇ ਉਹ ਫਿਰ ਬਹਾਲ ਹੋਏ ਤੋ ਇਸ ਟਾਈਮ ਪੰਜਾਬ ਦੇ ਵਿੱਚ ਏ ਡੀ ਜੀ ਪੀ ਰੈਂਕ ਦੇ ਅਧਿਕਾਰੀ ਬੈਠੇ ਆਗੇ ਨੇ ਨੌਕਰੀ ਕਰ ਰਹੇ ਆਗੇ ਨੇ ਹੁਣ ਇਹ ਬਹੁਤ ਵੱਡਾ ਸਵਾਲ ਆ ਉਹ ਕਹਿੰਨਾ ਕਿਹਾ ਕਿ ਸਾਡਾ ਕੈਰੇਕਟਰ ਜਿਹੜਾ ਪ੍ਰਗਟ ਸਿੰਘ ਹੋਣੀ ਹੈ ਕਿ ਸਾਡਾ ਕੈਰੇਕਟਰ ਪੋਲਿਟੀਸ਼ੀਨਾਂ ਦਾ ਇੰਨਾ ਮਾੜਾ ਹੋ ਗਿਆ ਕਿ ਜੇ ਸਾਡੇ ਤੱਕ ਲੋਕਾਂ ਦੀ ਗਰਜਾ ਨਾ ਹੋਣਾ ਲੋਕੀ ਬੂਏ ਨਾ ਖੋਲਣ ਲੋਕੀ ਸਾਨੂੰ ਚਾਹ ਦਾ ਕੱਪ ਛੱਡੋ ਪਾਣੀ ਦਾ ਕੱਪ ਵੀ ਨਾ ਪੀਓਣਾ ਮੈਨੂੰ ਲੱਗਦਾ ਇਹ ਚੰਗੀ ਸ਼ੁਰੂਆਤ ਆ ਹਾਲਾਂਕਿ ਲਾਜ਼ਮੀ ਤੌਰ ਤੇ ਇਹਨੂੰ ਲੈ ਕੇ ਸਪੀਕਰ ਮੁੱਖ ਮੰਤਰੀ ਦੇ ਵਿਚਕਾਰ ਤਕਰਾਰ ਵੱਧ ਸਕਦਾ ਲੇਕਿਨ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਤਕਰਾਰ ਵਧੇ ਨਾ ਹਾਲਾਂਕਿ ਇਸ ਮਸਲੇ ਦੇ ਵਿੱਚ ਚਾਹੁੰਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਐਸਐਸਪੀ ਨੂੰ ਵੀ ਤਲਬ ਕਰ ਸਕਦੇ ਪਰ ਉਹ ਕਹਿੰਦੇ ਕਿ ਮੈਂ ਸੋਚਿਆ ਹੋਊਗਾ ਉਹਨਾਂ ਨੇ ਕਿ ਮੈਂ ਜਿਸ ਬੰਦੇ ਦੀ ਜ਼ਿੰਮੇਵਾਰੀ ਪਹਿਲਾਂ ਨਿਭਾਈ ਨਹੀਂ ਜਿਹੜੇ ਐਸਐਸਪੀ ਦੀ ਜ਼ਿੰਮੇਵਾਰੀ ਬੰਦੀ ਜਦੋਂ ਨੇ ਆਪਣਾ ਪਹਿਲਾ ਹੀ ਫਰਜ਼ ਨਹੀਂ ਨਿਭਾਇਆ ਤੇ ਫਿਰ ਕਿਉਂ ਨਾ ਆਪਾਂ ਸਟੇਟ ਦੇ ਜਿਹੜਾ ਮੁਖੀ ਹੈ ਡੀਜੀਪੀ ਉਹਨੂੰ ਬੁਲਾਇਆ ਜਾਵੇ ਹੁਣ ਦੇ ਦੇ ਕਿ ਪੂਰਾ ਰਿਕਾਰਡ ਲੈ ਕੇ ਡੀਜੀਪੀ ਨੇ ਤੇ ਨਾਲ ਦੇ ਕੋਈ ਸੀਆਈਡੀ ਵਾਲੇ ਬੈਠੇ ਨੇ ਉਹਨਾਂ ਦੇ ਨਾਲ ਦੀ ਨਾਲ ਡੀਜੀਪੀ ਨੂੰ ਘੰਟੀਆਂ ਖੜਕਾਉਂਦੀਆਂ ਸੀ ਉਹਨਾਂ ਨਾਲ ਦੀ ਨਾਲ ਐਸਐਸਪੀ ਨੂੰ ਤਲਬ ਕਰ ਲਿਆ ਵੀ ਮੈਨੂੰ ਭੇਜੋ ਰਿਪੋਰਟ ਮੈਨੂੰ ਲੱਗਦਾ ਹੈ ਕਿ ਰਾਤ ਤੱਕ ਜਾਂ ਦੋ ਡਿਸਮਿਸ ਹੋ ਜਾਊਗਾ ਐਸਐਚਓ ਤੋ ਹੋ ਸਕਦਾ ਜਿਨ੍ਹਾਂ ਨੇ ਬਚਾਇਆ ਉਹ ਵੀ ਉਹਨਾਂ ਦੇ ਖਿਲਾਫ ਵੀ ਮੁਕਦਮਾ ਦਰਜ ਹੋਊਗਾ ਚੰਗੀ ਸ਼ੁਰੂਆਤ ਆ ਪਰ ਪ੍ਰੋਬਲਮ ਦੱਸਾਂ ਕੀ ਗੱਲ ਜਿਹੜੀਆਂ ਸਾਡੀਆਂ ਸਰਕਾਰਾਂ ਨੇ ਪੰਜਾਬ ਖਾਸ ਕਰਕੇ ਕਿਉਂਕਿ ਪੰਜਾਬ ਦੀਆਂ ਸਰਕਾਰਾਂ ਨੇ ਸਮੇਂ-ਸਮੇਂ ਤੇ ਸਰਕਾਰ ਨੇ ਪੰਜਾਬ ਦਾ ਪੱਠਾ ਬਿਠਾਇਆ ਕਿਉਂਕਿ ਇਹਨਾਂ ਦੇ ਮੂੰਹ ਨੂੰ ਵੀ ਪੈਸੇ ਲੱਗੇ ਹੋਏ ਨੇ ਤੇ ਪੈਸੇ ਵੇਖ ਕੇ ਪੋਲਿਟਿਸ਼ਨ ਲਾਲਾ ਛੱਡ ਦਿੰਦੇ ਨੇ ਤੇ ਹੁਣ ਇਹ ਸਵਾਲ ਹੈ ਕਿ ਇਹ ਜਿਹੜਾ ਬਹੁਤ ਵੱਡਾ ਇਸ਼ੂ ਆ ਤੇ ਇਹ ਜੇ ਨਾ ਬਚਾਉਣ ਇਹ ਜਿਹੇ ਪੁਲਿਸ ਅਫਸਰਾਂ ਨੂੰ ਕਿਉਂਕਿ ਇੱਕ ਜਣਾ ਕਾਰਵਾਈ ਕਰਦਾ ਦੂਜਾ ਜਣਾ ਬਚਾ ਦਿੰਦਾ ਹੁਣ ਦੇਖੋ ਨਾ ਉਹ ਇਕ ਕਾਲੀਆਂ ਵਾਲੇ ਅਫਸਰ ਲੱਗੇ ਉਹ ਕਾਂਗਰਸ ਵਾਲੇ ਲੱਗੇ ਉਹ ਝਾੜੂ ਵਾਲੇ ਲੱਗੇ ਆਗੇ ਫਿਰ ਪੰਜਾਬ ਕਿਵੇਂ ਸੁਧਰ ਜੂਗਾ ਫਿਰ ਇੱਕ ਐਗਜ਼ਾਮਪਲ ਦੇ ਜੀ ਅਫਸਰ ਤੇ ਉਹੋ ਹੀ ਅਫਸਰ ਉਹੋ ਜਿੰਨੀਆਂ ਉਹਨਾਂ ਦੀਆਂ ਰਲ ਜਾਂਦੀਆਂ ਨੇ ਰਿਸ਼ਤੇਦਾਰਾਂਾਂ ਬਣ ਜਾਂਦੇ ਨੇ ਇਹ ਪੈਸੇ ਦੇ ਯਾਰ ਨੇ ਹੁਣ ਇਸ ਮਸਲੇ ਦੇ ਵਿੱਚ ਹੁਣ ਪਿੱਛੇ ਜੇ ਇਹਨਾਂ ਨੇ ਅਫਸਰ ਬਦਲਾਏ ਨੇ ਆਮ ਆਦੀ ਪਾਰਟੀ ਵਾਲੇ ਬੀ ਡੀ ਪੀਓ ਐਸ ਡੀ ਐਮ ਤਹਿਸੀਲਦਾਰ ਹਨਾ ਪਟਵਾਰੀ ਪਦ ਕੀ ਕੀ ਬੁਲਾਇਆਗਾ ਮਾਸਟਰ ਹੀ ਬਦਲ ਦਿੱਤੇ ਆਗੇ ਨੇ ਸਾਰੇ ਵਿਭਾਗ ਬਦਲ ਦਿੱਤੇ ਆਗੇ ਨੇ ਤੇ ਜਿਹੜੀ ਪੰਜਾਬ ਦੀ ਸੀ ਆਈ ਡੀ ਰਿਪੋਰਟ ਹੈ ਵਿਜੀਲੈਂਸ ਦੀ ਰਿਪੋਰਟ ਤੇ ਸੀ ਆਈ ਡੀ ਦੀ ਰਿਪੋਰਟ ਉਹ ਕਹਿੰਦੇ ਕਿ ਇਹਨਾਂ ਚ ਵਿੱਚੋਂ ਬਹੁਤ ਸਾਰੇ ਦਾਗੀ ਨੇ ਉਹ ਐਮ ਐਲ ਏ ਦਾਗੀ ਅਫਸਰ ਵੀ ਲਗਵਾ ਗਏ ਤੁਸੀਂ ਅੱਜ ਹੈਰਾਨੀ ਵਾਲੀ ਗੱਲ ਹੈ ਕਿ ਸਪੀਕਰ ਸਾਹਿਬ ਨੇ ਤਿੰਨ ਜਣੇ ਨੂੰ ਇਸ ਮੌਕੇ ਤੇ ਦਿੱਤਾ ਬੋਲਣ ਦਾ ਮੌਕਾ ਉਹ ਕੁਵਰ ਵਿਜੇਪ੍ਰਤਾਪ ਸਿੰਘ ਪ੍ਰਗਟ ਸਿੰਘ ਤੇ ਪ੍ਰਤਾਪ ਸਿੰਘ ਬਾਜਵਾ ਬਾਕੀਆਂ ਦੀਆਂ ਸ਼ਕਲਾਂ ਦੇਖਣ ਵਾਲੀਆਂ ਸੀ ਉਹ ਸਾਰੇ ਹੀ ਘਬਰਾ ਗਏ ਕਿਸੇ ਨੇ ਹਿੰਮਤ ਨਹੀਂ ਕੀਤੀ ਸਪੀਕਰ ਸਾਹਿਬ ਮੈਂ ਵੀ ਬੋਲਣਾ ਚਾਹੁੰਦਾ ਜੀ ਮੈਂ ਵੀ ਦੱਸਣਾ ਚਾਹੁੰਦਾ ਹੈਗਾ ਕਿਉਂਕਿ ਉਹਨਾਂ ਬਹੁਤ ਐਂਜੋ ਤੇ ਉਹਨਾਂ ਨੇ ਆਪਦਾਗੀ ਲਗਵਾਏ ਹੋਏ ਨੇ ਪਰ ਇਹ ਮੈਨੂੰ ਲੱਗਦਾ ਕਿ ਸਪੀਕਰ ਸਾਹਿਬ ਨੇ ਚੰਗੀ ਗੱਲ ਕੀਤੀ ਹੈਗੀ ਕਿ ਉਹਨਾਂ ਨੇ ਆਪਣਾ ਮਸਲਾ ਵੀ ਠਾਇਆ ਡੀਜੀਪੀ ਨੂੰ ਤਲਬ ਕਰ ਲਓ ਬੜਾ ਜ਼ਰੂਰੀ ਸੀ ਕਿਉਂਕਿ ਕੀ ਹੈ ਪੰਜਾਬ ਦੇ ਵਿੱਚ ਕਿ ਪਟਵਾਰੀ ਫੜ ਲਿਆ ਥਾਣੇਦਾਰ ਫੜ ਲਿਆ ਵੀ ਕਹਿੰਦੇ ਦੇ ਸਿਆਣੇ ਕਹਿੰਦੇ ਹੁੰਦੇ ਕਿ ਚੋਰ ਨਹੀਂ ਚੋਰ ਦੀ ਮਾਂ ਨੂੰ ਫੜੋ ਤੇ ਪੰਜਾਬ ਦੇ ਵਿੱਚ ਹਜੇ ਤੱਕ ਚੋਰਾਂ ਨੂੰ ਫੜਿਆ ਗਿਆ ਚੋਰਾਂ ਦੀਆਂ ਮਾਵਾਂ ਨਹੀਂ ਫੜੀਆਂ ਗਈਆਂ ਹੈਗੀਆਂ ਤੇ ਚੋਰਾਂ ਦੀਆਂ ਮਾਵਾਂ ਕੌਣ ਪੰਜਾਬ ਦੇ ਵਿੱਚ ਉਹ ਵੱਡੇ ਵੱਡੇ ਅਫਸਰ ਜਾ ਯੂਐਸਚਾ ਯੂਪੀਐਸਾ ਚਾਇਓ ਐਮਐਲਏ ਚਾਇਓ ਮੰਤਰੀ ਨੇ ਚਾਇਓ बिजनेसमੈਨ ਨੇ ਉਹ ਨੇ ਅਸਲੇ ਵਿੱਚ ਤੇ ਚੋਰ ਚੋਰ ਨੂੰ ਮਾਰਨ ਦੀ ਲੋੜ ਚੋਰ ਦੀ ਮਾਂ ਨੂੰ ਮਾਰਨ ਦੀ ਲੋੜ ਜੀ ਰੱਬੀ ਚ ਕਿਹਾ ਜਾਂਦਾ ਕਿ ਕੁੱਤੇ ਖਾਣੀ ਕਰਾਈ ਆ ਬਹੁਤ ਜ਼ਿਆਦਾ ਪੁਲਿਸ ਮੈਕਮੈਂਡੀਆਂ ਕੁਝ ਕਾਲੀਆਂ ਭੇਡਾਂ ਨੇ ਹਾਈ ਕੋਰਟ ਚ ਕਈ ਤਾਂ ਚਲੋ ਬਦਮਾਸ਼ਾਂ ਵਾਲੀ ਗੱਲ ਵੀ ਸਾਹਮਣੇ ਆ ਗਈ ਖੁਦ ਮੋਹਰ ਲਾਈ ਸਪੀਕਰ ਸਾਹਿਬ ਨੇ ਕਿ ਇਦਾਂ ਚੱਲ ਰਿਹਾ ਐ ਐਨਡੀਪੀਐਸ ਦੇ ਬਹੁਤੇ ਕੇਸਾਂ ਦੇ ਵਿੱਚ ਵਾਈਟ ਟਾਈਮ ਤੇ ਨਹੀਂ ਦੇਣ ਜਾਂਦੇ ਪੁਲਿਸ ਅਫਸਰ ਇੱਥੇ ਵਾਰ-ਵਾਰ ਤਲਬ ਕੀਤੇ ਗਏ ਅਸਲ ਦੇ ਵਿੱਚ ਜੋ ਸੰਦੀਪ ਜਿਹੜਾ ਮਸਲਾ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਇਹ ਆ ਬਠਿੰਡੇ ਦਾ ਨਥਾਣੇ ਦਾ ਜੀ ਉੱਥੇ ਇੱਕ ਬੰਦੇ ਦੇ ਖਿਲਾਫ ਨਥਾਣਾ ਪੁਲਿਸ ਨੇ ਐਨ ਡੀ ਪੀ ਐਸ ਐਕਟ ਦੇ ਤਹਿਤ ਕਾਰਵਾਈ ਕੀਤੀ ਹੈਗੀ ਬੰਦੇ ਨੂੰ ਰੈਸਟ ਨਹੀਂ ਕੀਤਾ ਹੈਗਾ ਬੰਦਾ ਜ਼ਮਾਨਤ ਲੈਣ ਹਾਈ ਕੋਰਟ ਚ ਲਾ ਗਿਆ ਜੱਜ ਵੇਖ ਕੇ ਪਰੇਸ਼ਾਨ ਹੋ ਗਿਆ ਵੀ ਕਮਾਲ ਆ ਬੰਦੇ ਨੂੰ ਪੁਲਿਸ ਨੇ ਫੜਿਆ ਨਹੀਂ ਹੈਗਾ ਤੇ ਬੰਦਾ ਜ਼ਮਾਨਤ ਲੈਣ ਵੀ ਆ ਗਿਆ ਉਹਨੇ ਪਹਿਲਾਂ ਤੇ ਬਠਿੰਡੇ ਦਾ ਰਿਕਾਰਡ ਚੱਕਿਆ ਉੱਥੇ 70 80 90 ਕੇਸ ਨਿਕਲੇ ਵੀ ਪੁਲਿਸ ਨੇ ਮੁਕਦਮੇ ਤਾਂ ਬੜੇ ਕਿ ਦਰਜ ਕੀਤੇ ਨੇ ਤੇ ਬੰਦੇ ਫੜੇ ਵੀ ਨਹੀਂ ਆਗੇ ਫਿਰ ਉਹਨਾਂ ਨੇ ਸਟੇਟ ਨੂੰ ਕਹਿ ਦਿੱਤਾ ਕਿ ਮੈਨੂੰ ਸਾਰੇ ਜ਼ਿਲ੍ਹਿਆਂ ਦੀ ਰਿਪੋਰਟਾਂ ਦੋ ਤੇ ਉੱਥੇ ਲੱਗ ਗਿਆ ਮੇਲਾ ਹਾਲਾਂਕਿ ਬੰਦੇ ਦੀ ਅਰੈਸਟ ਜ਼ਰੂਰੀ ਹੈ ਉਸ ਕੇਸ ਇਹਦੇ ਚ ਤਿੰਨ ਚੀਜ਼ਾਂ ਨੇ ਅਰੈਸਟ ਜ਼ਰੂਰੀ ਆ ਉਸ ਤੋਂ ਬਾਅਦ ਜੇ ਨਹੀਂ ਫੜਿਆ ਜਾਂਦਾ ਬੰਦਾ ਫਰਾਰ ਪੀਓ ਡਿਕਲੇਅਰ ਕਰਨਾ ਪੈਂਦਾ ਤੀਜੀ ਜਿਹੜੀ ਲਾਸਟ ਸਟੇਜ ਕੀ ਹੈਗੀ ਆ ਉਹਦੀ ਪ੍ਰਾਪਰਟੀ ਅਟੈਚ ਕਰੋ ਠੀਕ ਹੈ ਹੁਣ ਸਵਾਲ ਇਸ ਮਸਲੇ ਦੇ ਵਿੱਚ ਹੈ ਜਿਹੜੀ ਪਿੱਛੇ ਜੇ ਪੰਜਾਬ ਪੁਲਿਸ ਨੇ ਕੈਂਪੇਨ ਨਹੀਂ ਸ਼ੁਰੂ ਕੀਤੀ ਇੱਕ ਡੀਐਸਪੀ ਇੱਕ ਐਸਐਚਓ ਇੱਕ ਈਐਸਆਈ ਤੇ ਕਿਸੇ ਤਸਕਰ ਦੇ ਲੱਗਾ ਹੋਆ ਨੇਮ ਪਲੇਟ ਤੇ ਐ ਫੋਟੋ ਕਚਾਰੇ ਹੈਗੇ ਨੇ ਉਹ ਪੁਲਿਸ ਦੀ ਇਮਾਨਦਾਰੀ ਨਹੀਂ ਹੈਗੀ ਉਹ ਹਾਈ ਕੋਰਟ ਨੂੰ ਦਿਖਾਉਣ ਵਾਸਤੇ ਪੰਜਾਬ ਪੁਲਿਸ ਦੀ ਇੱਕ ਐਕਸਰਸਾਈਜ਼ ਹੈ ਉਹ ਸਾਰੀਆਂ ਫੋਟੋਆਂ ਖਿੱਚ ਕੇ ਖਬਰਾਂ ਲਵਾ ਲਈਆਂ ਕਿ ਪੁਲਿਸ ਦੀ ਬਹੁਤ ਵਧੀਆ ਕੈਂਪੇਨ ਹੈ ਜੀ ਨਸ਼ੇ ਤਸਕਰਾਂ ਦੀਆਂ ਪ੍ਰਾਪਰਟੀਆਂ ਅਟੈਚ ਕੀਤੀਆਂ ਹਾਈ ਕੋਰਟ 'ਚ ਦੱਸਣਾ ਕਿਉਂਕਿ ਹਾਈ ਕੋਰਟ ਨੇ ਜਵਾਬ ਮੰਗਿਆ ਨਹੀਂ ਤਾਂ ਪਹਿਲਾਂ ਪੁਲਿਸ ਸੁੱਤੀ ਪੰਜਾਬ ਪੁਲਿਸ ਉਹ ਸਿਰਫ ਤੇ ਸਿਰਫ ਹਾਈ ਕੋਰਟ ਦੀ ਇਨਵੋਲਵਮੈਂਟ ਤੋਂ ਬਾਅਦ ਨਥਾੜਾ ਪੁਲਿਸ ਸਟੇਸ਼ਨ ਦਾ ਕੇਸ ਪੰਜਾਬ ਦੇ 416 ਪੁਲਿਸ ਪੁਲਿਸ ਸਟੇਸ਼ਨਾਂ ਦੇ ਵਿੱਚ ਘੰਟੀ ਵੱਜੀ ਹਾਈ ਕੋਰਟ ਦੀ ਜੀ ਫਿਰ ਪੰਜਾਬ ਦੇ ਡੀਜੀਪੀ ਨੇ ਸਾਰਿਆਂ ਦੀ ਕਚਾਈ ਕੀਤੀ ਤੇ ਹੁਣ ਲੱਜ ਵਾਸਤੇ ਲੱਜਾ ਵਾਸਤੇ ਲਾਕੇ ਦੇ ਐਸਐਚਓ ਲਾਕੇ ਦੀ ਡੀਐਸਪੀ ਜਿਹੜੇ ਤਸਕਰ ਨਹੀਂ ਆ ਤਿੰਨ ਚਾਰ ਸਿਪਾਹੀ ਇੱਕ ਦਾ ਥਾਣੇਦਾਰ ਇੱਕ ਦਾ ਡੀਐਸਪੀ ਭੇਜ ਕੇ ਫੋਟੋ ਕਚਾਰੀ ਨੇ ਪੋਸਟ ਲਾਤਾ ਦੇਖੋ ਜੀ ਅਸੀਂ ਨਸ਼ਾ ਤਸਕਰਾਂ ਦੀ ਪ੍ਰਾਪਰਟੀ ਅਟੈਚ ਕਰਤੀ ਪਹਿਲਾਂ ਕਿ ਉਹ ਸੁੱਤੇ ਸੀ ਜੇ ਮਾਲੂਹਾ ਉਹਨਾਂ ਥਾਣਾ ਵਾਲਾ ਜਿਹੜਾ ਬੰਦਾ ਜਿਹੜਾ ਜਮਾਨਤ ਲੈਣ ਚਲ ਗਿਆ ਨਹੀਂ ਤੇ ਸਾਰਾ ਅਦਾਲਤ ਸਾਰੀ ਸਾਰੀ ਦੀ ਸਾਰੀ ਕਾਲੀ ਆ ਇਹਦਾ ਕੀ ਮਤਲਬ ਨਿਕਲਦਾ ਕਿ ਜਿਹੜੇ ਐਨਡੀਪੀਐਸ ਐਕਟ ਜਿਨ੍ਹਾਂ ਦੇ ਖਿਲਾਫ ਮੁਕਦਮੇ ਦਰਜ ਕੀਤੇ ਹੀ ਉਹ ਪੁਲਿਸ ਵਾਲਿਆਂ ਦੀ ਮੁੱਠਾਂ ਗਰਮ ਕਰਦੇ ਸੀ ਜੇਬਾਂ ਗਰਮ ਕਰਦੇ ਸੀ ਇਸ ਕਰਕੇ ਇਸ ਨਹੀਂ ਫੜੇ ਜਾ ਰਹੇ ਕਿਉਂਕਿ ਇਹ ਕਾਨੂੰਨ ਦੇ ਵਿੱਚ ਆ ਕਿ ਜੇ ਬੰਦਾ ਫਰਾਰ ਆ ਤੇ ਫਿਰ ਉਹਨੂੰ ਪੀਓ ਡਿਕਲੇਅਰ ਕਰੋ ਜੇ ਤੁਸੀਂ ਪੀਓ ਡਿਕਲੇਅਰ ਕੀਤਾ ਉਹਦੀ ਪ੍ਰੋਪਰਟੀ ਅਟੈਚ ਕਰੋ ਹੁਣ ਇਹਨਾਂ ਨੇ ਡਿਕਲੇਅਰ ਵੀ ਕੀਤੇ ਆ ਪ੍ਰੋਪਰਟੀ ਵੀ ਅਟੈਚ ਕੀਤੇ ਆ ਮਤਲਬ ਪੰਜਾਬ ਪੁਲਿਸ ਹਾਈ ਕੋਰਟ ਦੇ ਡੰਡੇ ਤੋਂ ਬਗੈਰ ਕੰਮ ਨਹੀਂ ਕਰਦੀ ਹੈਗੀ ਗਲਤੀਆਂ ਦੇ ਕਰਦੇ ਨੇ ਹੇਠ ਲੈਵਲ ਐਸਐਚਓ ਤੋਂ ਲੈ ਕੇ ਐਸਐਸਪੀ ਲੈ ਤੇ ਵਾਰ-ਵਾਰ ਗੌਰਵ ਜਦੇਵ ਸਾਹਿਬ ਤਲਬ ਹੋ ਰਹੇ ਨੇ ਹੁਣ ਭਲਕੇ ਉਹਨਾਂ ਨੂੰ ਅੱਜ ਵਿਧਾਨ ਸਭਾ ਨੇ ਤਲਬ ਕਰ ਲਿਆ ਰਿਪੋਰਟ ਲੈ ਕੇ ਪੇਸ਼ ਹੋਣਗੇ ਕੱਲ ਉਹਨਾਂ ਨੂੰ ਜਾਣਾ ਪਊਗਾ ਪਰ ਚੰਗੀ ਗੱਲ ਹੈ ਕਿ ਇਹ ਸ਼ੁਰੂਆਤ ਹੋਈ ਹੈ ਔਰ ਚੰਗੀ ਇਹ ਗੱਲ ਹੈ ਕਿ ਸਪੀਕਰ ਨੇ ਆਪਣਾ ਦੱਸਿਆ ਕਿ ਕਿਉਂਕਿ ਪੰਜਾਬ ਦੇ ਵਿੱਚ ਤਿੰਨ ਮਹੱਤਵਪੂਰਨ ਅਹੁਦੇ ਨੇ ਇੱਕ ਐਜੇ ਚੀਫ ਮਨਿਸਟਰ ਐਜੇ ਗਵਰਨਰ ਤੇ ਐਜੇ ਪੰਜਾਬ ਵਿਧਾਨ ਸਭਾ ਸਪੀਕਰ ਤਿੰਨਾਂ ਕੋ ਅਥਾਹ ਪਾਵਰਾਂ ਨੇ ਅਥਾਹ ਮਦਰ ਕਹਿ ਸਕਦੇ ਕਿ ਰੱਬ ਤੇ ਕਿਸੇ ਨੇ ਨਹੀਂ ਵੇਖਿਆ ਨਾ ਪਰ ਧਰਤੀ ਤੇ ਇਹ ਲੋਕ ਰੱਬ ਨੇ ਠੀਕ ਹੈ ਇਹਨਾਂ ਦੀ ਕਿਆ ਕੋਈ ਵੀ ਨਹੀਂ 모ੜ ਸਕਦਾ ਇਹਨਾਂ ਦੇ ਕਹਿਣ ਤੇ ਹੀ ਪੱਤੇ ਹਿਲਦੇ ਹੈਗੇ ਨੇ ਉਹਨਾਂ ਦੇ ਰੱਬ ਤੇ ਪੰਜਾਬ ਪੁਲਿਸ ਦੇ ਐਸ ਐਚ ਓ ਤੇ ਐਸ ਐਸ ਪੀ ਵੀ ਹੈ ਪਰ ਇਹ ਉਹਨਾਂ ਦੇ ਵੀ ਮਾ ਰੱਬ ਨੇ ਤੇ ਇਸ ਕਰਕੇ ਅੱਜ ਕੁਲਤਾਰ ਸਿੰਘ ਸਦਮਾ ਨੇ ਇੱਕ ਐਗਜ਼ਾਮਪਲ ਸੈੱਟ ਕੀਤੀ ਹੈ ਕਿ ਇਹ ਚੰਗੀ ਗੱਲ ਹੈ ਔਰ ਸਭ ਤੋਂ ਹੈਰਾਨੀ ਵਾਲੀ ਗੱਲ ਹੈ ਕਿ ਉਹ ਜਿਹੜੀ ਐਫ ਆਈ ਆਰ ਦੱਜੋ ਇਹ ਲੋਕ ਇਲਾਕੇ ਦੇ ਲੋਕਾਂ ਨੂੰ ਪਤਾ ਨਹੀਂ ਹੈਗਾ ਤੇ ਲੋਕਾਂ ਨੇ ਦੱਸਿਆ ਹੋਊਗਾ ਕੁਲਤਾਰ ਸਿੰਘ ਸਦਮਾ ਸਾਹਿਬ ਨੂੰ ਉਹਨਾਂ ਨੇ ਫਿਰ ਅਜ ਮਸਲਾ ਠਾ ਦਿੱਤਾ ਕਿ ਮੈਨੂੰ ਦੱਸਿਆ ਦੇ ਜਾਵੇ ਉਹ ਕਹਿੰਦੇ ਕਿ ਕਿਉਂਕਿ ਕੁਮਰ ਵਿਜੇ ਪ੍ਰਤਾਪ ਐਜੇ ਆਈਪੀਐਸ ਅਫੀਸਰ ਔਰ ਆਈਜੀ ਰੈਂਕ ਤੋਂ ਉਹਨਾਂ ਨੇ ਵੀਆਰਐਸ ਲਈ ਸੀ ਕਿ ਭਈ ਤੂੰ ਤੇ ਪੁਲਿਸ ਦਾ ਅਧਿਕਾਰੀ ਵੀ ਰਹਿ ਚੁੱਕਾ ਉਹ ਚੌਦੇ ਤੇ ਮੈਨੂੰ ਗਿਆੜ ਤੇ ਦੇ ਤੇ ਫਿਰ ਜਿਹੜੀ ਉਹਨਾਂ ਨੇ ਭੂਮਿਕਾ ਬਣੀ ਆ ਗਈ ਆ ਉਹਦੇ ਚ ਫਿਰ ਪੁਲਿਸ ਨੂੰ ਸਮੁੱਚੀ ਪੁਲਿਸ ਨੂੰ ਕਹਿੰਦੇ ਨਹੀਂ ਗਾ ਦੰਦਲਾ ਪੈ ਗਈਆਂ ਇੱਥੇ ਵੀ ਟੈਡੀ ਜੀ ਟੀਚਰ ਪ੍ਰਤਾਪ ਸਿੰਘ ਬਾਜਵਾ ਕਰਗੇ ਸਪੀਕਰ ਸਾਹਿਬ ਨੂੰ ਕਹਿੰਦੇ ਕੁਮਰ ਵਿਜੇ ਪ੍ਰਤਾਪ 2.5 ਸਾਲ ਤੋਂ ਜਿਹੜੇ ਮੁੱਦੇ ਦਾ ਰੌਲਾ ਪਾਉਂਦੇ ਉਹ ਤਾਂ ਤੁਸੀਂ ਉਹਨੂੰ ਪੁੱਛਣ ਨਹੀਂ ਪੁੱਛਦੇ ਨਹੀਂ ਬੋਲਣ ਨਹੀਂ ਦਿੰਦੇ ਹੋਰ ਹੀ ਕੰਮ ਲਾ ਛੱਡਿਆ ਨਹੀਂ ਉਹ ਕੁਮਰ ਵਿਜੇ ਪ੍ਰਤਾਪ ਨੇ ਵੀ ਕਿਹਾ ਸੀ ਕਿ ਜਨਾਬ ਮੈਂ ਤਿਆਰੀ ਦੇ ਹੋਰ ਕਰਕੇ ਆ ਤੇ ਤੁਸੀਂ ਸਵਾਲ ਹੀ ਮੇਰੇ ਕੋਲ ਹੋਰ ਪੁੱਛ ਲੈਣਾ ਇਹ ਅਕਸਰ ਹੀ ਪੇਪਰਾਂ ਦੇ ਵਿੱਚ ਹੁੰਦਾ ਨਾ ਬੰਦਾ ਜੋ ਪੜ੍ਹ ਕੇ ਜਾਂਦਾ ਆਊਟ ਆਫ ਸਿਲੇਬਸ ਹੈ ਹੈਨਾ ਪਰ ਉਹਨੇ ਵੀ ਫਿਰ ਉਹਨੇ ਵੀ ਫਲਸਫੀ ਛਾੜ ਦਿੱਤੀ ਹੈਗੀ ਕਿ ਸਰਕਾਰ ਨੇ ਤਾਂ ਪਹਿਲਾਂ ਹੀ ਮੇਰੀ ਬੰਦ ਹੀ ਹੈਗੀ ਹੈਣਾ ਪਹਿਲੇ ਮੇਰੇ ਇਟ ਖੜਕਾ ਚੱਲਣ ਡਿਆ ਹੈਗਾ ਮੈਂ ਤੇ ਪਹਿਲਾਂ ਹੀ ਬੋਲ ਕੇ ਪਛਤਾ ਰਿਆ ਉਹ ਤਾਂ ਕਹਿੰਦੇ ਮੈਂ ਮੈਨੂੰ ਤੇ ਉਹ ਇਹ ਵੀ ਕਹਿੰਦਾ ਕਿ ਕਿਹੜੇ ਹਾਲਾਤਾਂ 'ਚ ਮੈਨੂੰ ਨੌਕਰੀ ਛੱਡਣੀ ਪਈ ਮਿਲਿਆ ਤੇ ਵਿਚਾਰੇ ਨੂੰ ਕੁਝ ਵੀ ਨਹੀਂ ਆਇਗਾ ਹੈਣਾ ਹੁਣ ਨਾਲ ਦੇ ਵੀ ਜਦੋਂ ਬੋਲ ਰਿਹਾ ਤੇ ਨਾਲ ਦੇ ਜਿਹੜੀ ਸਾਹਮਣੇ ਅਫਸਰਾਂ ਦੀ ਬੈਠੇ ਦੇ ਉਹ ਵੀ ਹੱਸ ਰਹੇ ਹੈਣਾ ਹੁਣ ਸਵਾਲ ਹੈ ਕਿ ਉਹ ਕਹਿ ਰਹੇ ਨੇ ਕਿ ਸਿਸਟਮ ਹੀ ਖਰਾਬ ਆ ਜਦ ਤੱਕ ਨੈਕਸਸ ਨਾ ਟੁੱਟ ਉਹਨੇ ਸਲਾਹ ਐ ਵੈਸੇ ਚੰਗੀ ਦਿੱਤੀ ਹੈਗੀਆ ਜਦ ਤੱਕ ਇਹ ਨੈਕਸਸ ਨਾ ਟੁੱਟਾ ਹੈਗਾ ਕਿਉਂਕਿ ਇੱਕ ਸਿਪਾਈ ਭਰਤੀ ਹੁੰਦਾ ਉਹ ਆਪਣੇ ਜ਼ਿਲ੍ਹੇ ਚ ਐਸਐਲਗ ਹੌਲਦਾਰ ਫਿਰ ਐਸਐਲ ਫਿਰ ਐਸਐਚਓ ਲੱਗਦਾ ਫਿਰ ਡੀਐਸਪੀ ਲੱਗ ਜਾਂਦਾ ਹੈ ਨਾ ਤੇ ਪੰਜਾਬ ਦੇ ਵਿੱਚ ਜੇ 82000 ਦੀ ਜਿਹੜੀ ਨਫਰੀ ਆ ਗਈ ਆ ਇਹਦੇ ਚੋਂ 80 85% ਉਹ ਜਿਹੜੇ ਆਪਣੇ ਜ਼ਿਲ੍ਹੇ ਦੇ ਵਿੱਚ ਰਹਿੰਦੇ ਆ ਗਨੇ ਜੇ ਇੱਕ ਐਸਐਸਪੀ ਇੱਕ ਜ਼ਿਲ੍ਹੇ ਦੇ ਵਿੱਚ 2 ਸਾਲ ਆ ਸਕਦਾ ਤੇ ਐਸਐਲ ਘੱਟੋ ਘੱਟ ਐਸਐਲ ਹੌਲਦਾਰ ਤੇ ਸਿਪਾਈ ਨੂੰ ਛੱਡ ਦੋ ਮਲੋ ਐਸਆਈ ਦੂਜੇ ਜ਼ਿਲ੍ਹੇ ਚ ਲੱਗਣਾ 23 ਜ਼ਿਲ੍ਹੇ ਨਾ ਮਲੋ ਆਪਾਂ ਮੰਨ ਕੇ ਜਲਦ ਜੇ ਕੋਈ ਮੁੰਡਾ 20 ਸਾਲ ਦੇ ਵਿੱਚ ਸਿਪਾਈ ਸ਼ੈਡੋ ਸਿਪਾਈ ਛੱਡਦਾ ਆਲਡਰ ਛੱਡਦਾ ਜੇ ਕੋਈ ਐਸਆਈ ਆ ਜਿਹੜਾ 40 ਕਿ ਸਾਲ ਦੀ ਉਮਰ ਵਿੱਚ ਐਸਆਈ ਬਣਦਾ ਆ ਕਿ ਨਾ ਤੇ ਘੱਟੋ ਘੜੋ ਦੀ ਬਾਅਦ ਚ ਸਰਵਿਸ 20 ਸਾਲ ਦੀ ਤਾ ਉਹਨੂੰ 20 ਸਾਲਾਂ ਦੇ ਵਿੱਚ 20 ਜ਼ਿਲ੍ਹੇ ਤੇ ਘੁਮਾ ਦੇਣੇ ਚਾਹੀਦੇ ਨੇ ਤਾਂ ਨੈਕਸਸ ਕੁਮਰ ਵਿੱਚ ਪ੍ਰਤਾਪ ਸਿੰਘ ਕਹਿੰਦੇ ਟੁੱਟਣਾ ਕਿ ਜੇ ਅੱਜ ਐਸਆਈ ਕੋਟਪੂਰੇ ਲੱਗਾ ਫਿਰ ਉਹਨੂੰ ਘੱਟੋ ਘੜ ਜਾ ਕੇ ਅੰਮ੍ਰਿਤਸਰ ਭੇਜੋ ਫਿਰ ਗੁਰਦਾਸਪੁਰ ਭੇਜੋ ਫਿਰ ਪਟਾਣਕ ਕਟੋੜਾ ਕਟ ਇੱਕ ਜਿਲ੍ਹਾ ਹੀ ਛੱਡ ਦੋ ਜੇ ਫਰੀਦਕੋਟ ਦੇ ਨਾਲ ਜੇ ਫਿਰੋਜ਼ਪੁਰ ਨਹੀਂ ਜਾਂ ਭੇਜਣਾ ਹੈਗਾ ਤਾਂ ਉਹਨਾਂ ਫਾਜ਼ਲਗਾ ਭੇਜ ਦਿਓ ਜਾਂ ਫਿਰ ਜੇ ਫਿਰੋਜ਼ਪੁਰ ਨਹੀਂ ਭੇਜਣਾ ਤੇ ਇਧਰ ਮੋਗੇ ਭੇਜ ਦਿਓ ਮੋਗੇ ਨਹੀਂ ਭੇਜਣਾ ਲੁਧਿਆਣੇ ਭੇਜ ਦਿਓ ਉਹ ਜਿਹੜਾ ਬਦਮਾਸ਼ਾਂ ਦੇ ਨਾਲ ਜਿਹੜਾ ਨੈਕਸਸ ਉਹ ਤਾਂ ਟੁੱਟੂਗਾ ਪਰ ਉਹ ਜਿਹੜੀ ਪ੍ਰਤਾਪ ਸਿੰਘ ਬਾਦ ਦੇਖੋ ਆਪੋਜੀਸ਼ਨ ਨੇ ਤਾਂ ਘੇਰਨਾ ਇਹਦਾ ਉਹਨਾਂ ਨੂੰ ਤੇ ਲੱਗਾ ਸੀ ਕਿ ਸਾਡੇ ਹੱਥ ਬਟੇਰ ਆ ਗਿਆ ਪਰ ਪੂਰੀ ਤਰ੍ਹਾਂ ਬਟੇਰ ਸਪੀਕਰ ਨੇ ਔਣ ਨਹੀਂ ਦਿੱਤਾ ਕਿਉਂਕਿ ਵਿੱਚ ਸਰਕਾਰ ਨੇ ਦੋ ਮੰਤਰੀ ਖੜੇ ਹੋ ਗਏ ਜਿਨ੍ਹਾਂ ਨੇ ਇਸ਼ਾਰਾ ਕੀਤਾਗਾ ਉਹਦੇ ਚ ਇੱਕ ਹਰਪਾਲ ਸਿੰਘ ਚੀਮਾ ਦੂਜਾ ਅਮਨ ਰੋੜਾ ਉਹਨਾਂ ਨੇ ਗੱਲ ਗੋਲ ਮੋਲ ਇਸ਼ਾਰੇ ਕਰਵਾ ਦਿੱਤੇ ਹੈਗੇ ਤੇ ਸਪੀਕਰ ਸਾਹਿਬ ਵੀ ਸਮਝ ਗਏ ਕਿ ਗੱਲ ਅੱਗੇ ਨਾ ਵਧਾਈਏ ਹਰਪਾਲ ਸਿੰਘ ਚੀਮਾ ਦੀ ਦਲੀਲ ਕੋਈ ਠੋਸ ਜੀ ਜਾਪੀ ਨਹੀਂ ਉਹ ਤੇ ਮਾਮਲਾ ਹੀ ਸਭ ਜਿਹੜੀ ਸਸ ਦੱਸ ਗਏ ਨਹੀਂ ਫਿਰ ਓਹੋ ਇਸ ਕਰਕੇ ਸਭ ਜੁਡੀਸ਼ ਛੱਡ ਗਏ ਕਿ ਸਰਕਾਰ ਫਸ ਰਹੀ ਸੀ ਸਰਕਾਰ ਦੀ ਕਿਰਕਰੀ ਹੋ ਰਹੀ ਸੀ ਨਾ ਕਿਉਂਕਿ ਮੌਕਾ اپੋਜੀਸ਼ਨ ਪਾਰਟੀ ਨੂੰ ਮਿਲ ਗਿਆ ਮੈਟਰ ਸਬ ਜੁਡੀਸ ਦਾ ਇਹ ਨਹੀਂ ਮਤਲਬ ਹੁੰਦਾ ਕਿ ਉਥੇ ਹਾਈ ਕੋਰਟ ਦੇ ਵਿੱਚ ਕੇਸ ਚੱਲ ਰਿਹਾਗਾ ਕਿਉਂਕਿ ਰਿਪੋਰਟ ਜਨਤਕ ਹੋਗੀ ਆ ਪ੍ਰਤਾਪ ਸਿੰਘ ਬਾਜਵਾ ਕਹਿ ਰਹੇ ਰਿਪੋਰਟ ਜਨਤਕ ਹੋ ਗਿਆ ਸੁਖਵਿੰਦਰ ਕੋਟਲੀ ਵੀ ਕਹਿ ਰਹੇ ਸੀ ਕਿ ਤੂੰ ਆਪਣੇ ਡੀਐਸਪੀ ਦੇ ਖਿਲਾਫ ਤੇ ਕਾਰਵਾਈ ਕੀਤੀ ਨਹੀਂ ਹਾਈ ਕੋਰਟ ਨੇ ਇਹ ਥੋੜਾ ਕਿਹਾ ਸਰਕਾਰ ਨੂੰ ਕਿ ਤੂੰ ਡੀਐਸਪੀ ਜਾਂ ਐਸਐਸਪੀ ਜਾਂ ਐਸਐਚਓ ਦੇ ਐਸਐਚਓ ਦੇ ਖਿਲਾਫ ਕਾਰਵਾਈ ਨਹੀਂ ਕਰਨੀ ਇਹ ਤੇ ਤੁਹਾਡੀ ਨੈਤਿਕਤਾ ਚਾਹੀਦੀ ਹੈਗੀ ਪਰ ਅਸਲ ਦੇ ਵਿੱਚ ਡੀਐਸਪੀ ਨੂੰ ਬਚਾਉਣ ਵਾਲੇ ਦਿੱਲੀ ਬੈਠੇ ਨਹੀਂ ਤੇ ਪੰਜਾਬ ਦੇ ਵਿੱਚ ਬੈਠੇ ਆਗੇ ਨੇ ਉਹ ਹਰਪਾਲ ਸਿੰਘ ਚੀਮੇ ਨੂੰ ਵੀ ਪਤਾ ਹੈਗਾ ਅਮਨ ਰੋੜੇ ਨੂੰ ਵੀ ਪਤਾ ਇਸ ਕਰਕੇ ਅਮੰਡ ਰੋੜੇ ਨੇ ਵੀ ਗੋਲ ਮੋਲ ਦੀ ਗੱਲ ਕਰਤੀ ਕੱਲਾ ਹਰਪਾਲ ਸਿੰਘ ਚੀਮਾ ਥੋੜਾ ਵਕੀਲ ਹੈਗਾ ਉਹ ਸਾਰੇ ਐਮ ਐਲ ਏ ਵੀ ਵਕੀਲ ਆ ਗਏ ਨੇ ਜਿਹੜੇ ਵੇਖ ਰਹੇ ਨੇ ਉਹ ਵੀ ਵਕੀਲ ਨੇ ਜ਼ਰੂਰੀ ਨਹੀਂ ਕਿ ਤੁਹਾਡੇ ਕੋਲ ਐਲ ਐਲ ਬੀ ਦੀ ਡਿਗਰੀ ਹੋਵੇ ਪਿੰਡਾਂ ਦੇ ਵਿੱਚ ਬੈਠਾ ਜਿਹੜਾ ਸੱਤ ਦੇ ਵਿੱਚ ਉਹ ਚੰਗੇ ਤੋਂ ਉਹ ਬਾਬੇ ਵੀ ਵਕੀਲ ਆ ਗਏ ਨੇ ਉਹ ਤੇ ਜਦੋਂ ਤੁਹਾਡੇ ਕੋਲ ਜਵਾਬ ਨਾ ਹੋਵੇ ਨਾ ਜਾਂ ਕਿ ਕਹਿੰਦੇ ਉਹ ਇੱਕ ਆਪਾਂ ਪਹਿਲਾਂ ਵੀ ਫਿਲਮ ਦਾ ਇੱਕ ਡਾਇਲੋਗ ਬੋਲੇ ਨਾ ਕਿ ਕਹਿੰਦੇ ਉਹ ਬੇਸ਼ਰਮਾਂ ਦੀ ਡੁੱਲਗੀ ਢਾਲ ਤੇ ਕਹਿੰਦੇ ਸੀ ਡੋਲ ਡੋਲ ਕੇ ਖਾਂਦੇ ਨਾ ਸਰਕਾਰ ਦਾ ਅੱਜ ਉਹ ਹਿਸਾਬ ਹੋਇਆ ਸੀ ਉਹ ਵੀ ਅਮਨ ਰੋੜਾ ਵੀ ਇਹ ਕਹਿ ਰਿਹਾ ਸੀ ਕਿ ਆਪਾਂ ਇੱਕ ਕੋਈ ਕਮੇਟੀ ਜੀ ਬਣਾ ਲਓ ਜੀ ਨਾ ਮਤਲਬ ਉਹਨਾਂ ਨੇ ਸਪੀਕਰ ਸਾਹਿਬ ਨੂੰ ਇਸ਼ਾਰਾ ਕਰਨਾ ਹੈ ਕਿ ਹੋਰ ਨਾ ਕਿ ਆਪੋਜੀਸ਼ਨ ਦੇ ਐਮ ਐਲ ਏ ਨੂੰ ਮੌਕਾ ਦੇ ਦੇਓ ਤਾਂ ਫਿਰ ਆਪਣੀ ਖਿਹੜਾ ਛਣਾਉਣਾ ਔਖਾ ਹੋ ਜੂਗਾ ਪਰ ਜਿਹੜਾ ਪ੍ਰਤਾਪ ਸਿੰਘ ਬਾਜਵਾ ਨੇ ਕਿ ਦੋ ਮਹੱਤਵਪੂਰਨ ਮੁੱਦੇ ਨਾ ਜਿਹੜੇ ਕੁਮਰਵਿਜੇ ਪ੍ਰਤਾਪ ਨੇ ਢਾਇ ਇੱਕ ਕਿਹੜਾ ਸੀ ਬੇਅਦਬੀ ਵਾਲਾ ਕਿ ਤੁਸੀਂ ਕਹਿੰਦੇ ਇਨਸਾਫ ਦਵਾਂਗੇ ਨਹੀਂ ਮਿਲਿਆ ਫਿਰ ਉਹਨਾਂ ਨਸ਼ੇ ਵਾਲਾ ਮੁੱਦਾ ਚੁੱਕਿਆ ਕਿ ਮੇਰੇ ਇਲਾਕੇ ਦੇ ਵਿੱਚ ਇੱਕ ਡੀਐਸਪੀ ਐਸਪੀ ਨਸ਼ਾ ਵਕੋ ਦੀ ਸਰਕਾਰ ਨੇ ਉਹ ਵੀ ਨਹੀਂ ਬਦਲੇ ਉਹ ਤੇ ਪ੍ਰਤਾਪ ਸਿੰਘ ਬਾਜਵਾ ਕਿਉਂਕਿ ਆਪੋਜੀਸ਼ਨ ਲੀਡਰ ਉਹ ਬੜੇ ਉਹ ਧੜਲੇਦਾਰ ਔਰ ਇੱਕ ਬੜੇ ਕਹਿੰਦੇ ਨੇ ਸ਼ੈਡਿਊਲ ਪਾਲ ਪਾਲਟੀਸ਼ਨ ਆ ਗਏ ਉਹ ਕਹਿੰਦੇ ਕਿ ਮੋਡਾ ਹੈ ਵਾ ਉਹਦਾ ਕੁਮਰ ਵਿਜੇ ਪ੍ਰਤਾਪ ਆ ਆਪਾਂ ਤਾਂ ਨਿਸ਼ਾਨੇ ਲਾਉਣ ਤੇ ਉਹਨਾਂ ਨੇ ਲਾਏ ਨਿਸ਼ਾਨੇ ਉਹ ਤਾਂ ਤੇ ਕਹਿ ਰਹੇ ਸੀ ਕਿ ਜਿੰਨੂੰ ਸੁਣਾਉਣੀ ਹੈ ਉਹ ਤੇ ਉੱਠ ਕੇ ਚਲੇ ਗਏ ਮੁੱਖ ਮੰਤਰੀ ਭਗਵੰਤ ਮਾਨ ਵਾਲਾ ਇਸ਼ਾਰਾ ਕਰ ਰਹੇ ਸਨ ਇਸ ਕਰਕੇ ਮਸਲਾ ਬੜਾ ਸੀਰੀਅਸ ਪਰ ਜਿੱਥੇ ਸਿਆਣਪ ਕੁਲਤਾਰ ਸਿੰਘ ਸੰਧਵਾਨ ਵੀ ਦਿਖਾਈ ਆ ਕਿ ਉਹਨਾਂ ਨੂੰ ਆਪੋਜੀਸ਼ਨ ਨੂੰ ਲੱਗਦਾ ਸੀ ਕਿ ਫਸ ਜਾਣਗੇ ਪਰ ਉਹ ਨਿਕਲ ਆਏ ਨੇ ਉਹ ਵੀ ਉਹਨੇ ਆਪਣੇ ਆਪ ਨੂੰ ਕੁਲਤਾਰ ਸਿੰਘ ਧਵਾਨ ਨੇ ਆਪਣੇ ਆਪ ਨੂੰ ਬੜਾ ਇੱਕ ਸੂਝਵਾਨ ਦੇ ਤੌਰ ਤੇ ਪੇਸ਼ ਕੀਤਾਗਾ ਲੇਕਿਨ ਜਦੋਂ ਇਹ ਲਾਈਵ ਚੱਲ ਰਿਹਾ ਸੀ ਸਾਰੇ ਚੈਨਲਾਂ ਦੇ ਪਤਾ ਨਹੀਂ ਅੱਜ ਸਰਕਾਰ ਨੇ ਬੰਦ ਕਰਵਾਏ ਕਿ ਨਹੀਂ ਕਰਵਾਏ ਪਰ ਉਹ ਰਿਕਾਰਡ ਹੋ ਗਿਆ ਅੱਜ ਕੱਲ੍ਹ ਵੈਬਸਾਈਟਾਂ ਤੇ ਖਬਰ ਪੈ ਜਾਂਦੀ ਹੈ ਸੋਸ਼ਲ ਮੀਡੀਆ ਨਾਲ ਦੀ ਨਾਲ ਲੋਕੀ ਕੱਟ ਕੇ ਪਾ ਦਿੰਦੇ ਹੈਗੇ ਨੇ ਉਹਦੇ ਵਿੱਚ ਇਹ ਹੈ ਕਿ ਇਹ ਜ਼ਿੰਮੇਵਾਰੀ ਤੇ ਬੰਦੀ ਸੀ ਪੰਜਾਬ ਪੁਲਿਸ ਦੀ ਐਸਐਸਪੀ ਦੀ ਪਰ ਉਹ ਕਾਰਵਾਈ ਕਿਉਂ ਨਹੀਂ ਇਹ ਹੁਣ ਦੇ ਦੇ ਕਿ ਡੀਜੀਪੀ ਸਾਹਿਬ ਭਲਕੇ ਜਿਹੜੀ ਸਵੇਰੇ ਰਿਪੋਰਟ ਦੇਣੀ ਉਹਨਾਂ ਨੇ 10 ਵਜੇ ਸਵੇਰੇ 9 ਵਜੇ ਸ਼ਾਇਦ ਪੇਸ਼ ਹੋ ਜਾਣ ਤੇ ਕਿਉਂਕਿ 10 ਵਜੇ ਵਿਧਾਨ ਸਭਾ ਸ਼ੁਰੂ ਹੋਣੀ ਹੈ ਤੇ ਉਹਦੇ ਤੋਂ ਪਹਿਲਾਂ ਉਸ ਜਿਹੜਾ ਥਾਣੇਦਾਰ ਹੈਗਾ ਉਹਨੂੰ ਡਿਸਮਿਸ ਕਰਕੇ ਫਾਈਲ ਲੈ ਕੇ ਆਉਂਦੇ ਨੇ 311 ਲੈ ਕੇ ਤੇ ਜਿਹੜੇ ਉਹਨੂੰ ਬਚਾਉਣ ਵਾਲੇ ਪੋਲਿਟਿਸ਼ਨ ਉਹਨਾਂ ਦੇ ਵਿਚਾਰੇ ਬੇ ਬੇਨਕਾਬ ਕਰਦੇ ਜਾਂ ਨਹੀਂ ਕਰਦੇ ਆਗੇ ਇੱਕ ਨਾਲਗ ਵਿੱਚ ਗੱਲ ਜ਼ਰੂਰੀ ਕਰਨੀ ਪਣ ਜਾਂਦੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਉਹਨਾਂ ਨੇ ਵੀ ਅੱਜ ਹਾਜ਼ਰੀ ਭਰੀ ਹੈ ਜਿੰਨਾ ਟਾਈਮ ਵੀ ਉਹ ਆਏ ਉੱਥੇ ਉਹ ਪ੍ਰਗਟ ਸਿੰਘ ਬੋਲੇ ਤੇ ਉਹਨਾਂ ਦੀ ਗੱਲ ਦਾ ਜਵਾਬ ਦੇ ਕੇ ਗਏ ਉਹਨਾਂ ਨੇ ਤੇ ਇਥੋਂ ਤੱਕ ਦਾਵਾ ਕੀਤਾ ਕਿ ਕਿਉਂਕਿ ਮਾਈਨਿੰਗ ਵਾਲਾ ਮੁੱਦਾ ਵੀ ਆਇਆ ਕਹਿੰਦੇ ਮੇਰੇ ਮੈਂ ਨਾਲ ਚੱਲਣ ਨੂੰ ਤਿਆਰ ਹਾਂ ਦਿਖਾਓ ਕਿੱਥੇ ਹੋ ਰਹੀ ਹੈ ਹੋਰ ਵੀ ਉਹਨਾਂ ਨੇ ਦੋ ਤਿੰਨ ਉਦਾਹਰਨਾਂ ਦਿੱਤੀਆਂ ਦੇਖੋ ਅਗਰ ਜਿਵੇਂ ਪ੍ਰਗਟ ਸਿੰਘ ਉਹਨਾਂ ਨੇ ਕਿਹਾ ਕਿ ਮੇਰੇ ਇਲਾਕੇ ਦੇ ਨਾਲ ਕੋਈ ਨਦੀ ਨਾ ਨਾਲਾ ਨਾ ਦਰਿਆ ਵਗਦਾ ਤੇ ਮੇਰੇ ਇਲਾਕੇ 'ਚ ਵੀ ਜਿਹੜੀ ਆ ਮਾਈਨਿੰਗ ਹੋ ਰਹੀ ਹੈ ਦਾ ਮਤਲਬ ਕਿ ਲੋਕ 70 70 ਫੁੱਟ ਕਹਿ ਰਿਹਾ ਕਿ ਨਾ ਇਹਦਾ ਮਤਲਬ ਹੈ ਕਿ ਉੱਥੇ ਲੋਕਲ ਪ੍ਰਸ਼ਾਸਨ ਮਿਲਿਆ ਹੋਇਆ ਉਹਨੂੰ ਕਿਹੜਾ ਪੋਲਿਟਿਸ਼ੀਅਨ ਕਰਵਾ ਰਿਹਾ ਗਣ ਉਹ ਚਿਹਰਾ ਤੇ ਪ੍ਰਗਟ ਸਿੰਘ ਨੂੰ ਹੀ ਪਤਾ ਹੈਗਾ ਔਰ ਪੰਜਾਬ ਸਰਕਾਰ ਨੂੰ ਹੀ ਪਤਾ ਹੈਗਾ ਹੁਣ ਮੁੱਖ ਮੰਤਰੀ ਉੱਠੇ ਤੇ ਹੈਗੇ ਹਾਲਾਂਕਿ ਉਹ ਇੱਕ ਰੂਲ ਹੈਗੇ ਨੇ ਕਿ ਜਦੋਂ ਕੋਈ ਸਿਫਰ ਕਾਲ ਹੁੰਦਾ ਜ਼ਰੂਰੀ ਨਹੀਂ ਹੁੰਦਾ ਮੰਤਰੀ ਜਾਂ ਮੁੱਖ ਮੰਤਰੀ ਉੱਠ ਕੇ ਜਵਾਬ ਦੇ ਪਰ ਉਹਨਾਂ ਨੂੰ ਲੱਗਾ ਕਿ ਦੇਣਾ ਚ ਪਰ ਸੀਐਮ ਸਾਹਿਬ ਨੇ ਗੱਲ ਹੀ ਵਾਤਾਵਰਨ ਤੇ ਲੈ ਗਏ ਉਹਨਾਂ ਨੇ ਉਹ ਤੇਰੇ ਇਲਾਕੇ ਚ ਲੈ ਕੇ ਦੁੱਧਾ ਪਿੰਡ ਚ ਲੈ ਕੇ ਨਾ ਦੋਨਾਂ ਪਿੰਡ ਦੇ ਵਿੱਚ ਲੈ ਕੇ ਉਹਨਾਂ ਨੇ 5-6 ਪਿੰਡਾਂ ਦੇ ਵਿੱਚ ਬਤੌਰ ਐਮਪੀ ਕੰਮ ਕੀਤਾ ਚੰਡੀਗੜ੍ਹ ਪ੍ਰੈਸ ਕਲੱਬ ਵੀ ਉਹ ਪਾਣੀ ਲੈ ਕੇ ਆਉਂਦੇ ਤੇ ਨਿਆਣੇ ਜਿਹੜੇ ਅੰਨੇ ਬੋਲੇ ਗੁੰਗੇ ਬਹਿਰੇ ਲੰਗੜੇ ਪੈਦਾ ਹੋਰੇ ਸੀ ਉਹਨਾਂ ਨੂੰ ਚੰਡੀਗੜ੍ਹ ਪ੍ਰੈਸ ਕਲੱਬ 'ਚ ਲੈ ਕੇ ਆਉਂਦੇ মিডিਆ ਦੇ ਸਾਹਮਣੇ ਪੇਸ਼ ਕਰਦੇ ਸੀ ਉੱਤ ਪੰਜਾਬ ਦੇ ਵਿੱਚ ਉਹ ਉਹਨਾਂ ਨੇ ਘੁੰਮੇ ਕਿਉਂਕਿ ਉਹਨਾਂ ਦਾ ਤਜਰਬਾ ਵੀ ਹੈਗਾ ਉਹ ਪਾਣੀ ਦੇ ਪਿਆ ਹੀ ਟੇਲਾ ਤੱਕ ਪਜਾ ਦਿੰਦਾ ਪਰ ਮਾਈਨਿੰਗ ਤੇ ਨਹੀਂ ਬੋਲ ਕੇ ਗਏ ਹੂੰ ਬਰਗਰ ਸਿੰਘ ਉਹ ਨਾ ਦੇਵੀ ਕਿ ਆ ਪਈ ਤੁਸੀਂ ਉੱਥੇ ਰਹਿੰਦੇ ਹੋ ਕਿਉਂਕਿ ਪਹਿਲਾਂ ਤੁਸੀਂ ਪ੍ਰਾਈਵੇਟ ਕੋਠੀ 'ਚ ਰਹਿੰਦੇ ਹੋ ਤੁਸੀਂ ਸਰਕਾਰੀ ਕੋਠੀ 'ਚ ਰਹਿਣਾ ਸ਼ੁਰੂ ਕਰ ਦਿੱਤਾ ਪਰ ਦੇਖੋ ਮੁੱਖ ਮੰਤਰੀ ਬੋਲੇ ਨੇ ਤੇ ਡੀਜੀਪੀ ਨੂੰ ਜਾਂ ਉਥੋਂ ਦੇ ਐਸਐਸਪੀ ਨੂੰ ਚਾਹੇ ਉਥੋਂ ਦੇ ਡੀਸੀ ਨੂੰ ਅੱਜ ਹੀ ਕਾਰਵਾਈ ਕਰਨੀ ਚਾਹੀਦੀ ਸੀ ਕਿ ਵਿਧਾਨ ਸਭਾ ਦੇ ਵਿੱਚ ਮੁੱਦਾ ਉੱਠਿਆ ਹੈਗਾ ਘੱਟੋ ਘੱਟ ਜਿਹੜੇ ਉਥੇ ਗੈਰ ਕਾਨੂੰਨੀ ਮਾਈਨਿੰਗ ਕਰ ਰਹੇ ਨੇ ਉਹਨਾਂ ਨੂੰ ਤਾਂ ਫੜ ਲੈਣਾ ਚਾਹੀਦਾ ਸੀ ਜੀਸੀਬੀ ਮਸ਼ੀਨਾ ਪੋਕ ਲੈਣਾ ਟਿਪਰ ਗੱਡੀਆਂ ਸਾਧਨ ਬੰਦੇ ਪੜਨੇ ਚਾਹੀਦੇ ਸੀ ਲੇਕਿਨ ਆਵਾ ਹੀ ਉੱਤੇ ਹੈਗਾ ਪੰਜਾਬ ਦੇ ਵਿੱਚ ਮਾਈਨਿੰਗ ਤੇ ਇੰਨੀ ਜ਼ਿਆਦਾ ਹੋ ਰਹੀ ਹੈ ਜਿਹੜੇ ਕਹਿੰਦੇ ਸੀ ਨਾ ਅਸੀਂ ਮਾਈਨਿੰਗ ਚੋਂ 30000 ਕਰੋੜ ਰੁਪਈਆ ਜਾਂ 20000 ਕਰੋੜ ਰੁਪਈਆ ਕਢਣਾ ਉਹ 20000 ਕਰੋੜ ਤੇ ਹੁਣ ਇਹਨਾਂ ਲੋਕਾਂ ਦੀਆਂ ਜੇਬਾਂ ਦੇ ਵਿੱਚ ਗਏ ਨੇ ਜਿਹੜੇ ਮਾਈਨਿੰਗ ਕਰਵਾ ਰਹੇ ਨੇ ਪੰਜਾਬ ਦੇ ਪੋਲਿਟਿਸ਼ੀਅਨ ਬਦਨਾਮ ਹੋ ਰਹੇ ਨੇ ਤੇ ਚੰਦਾ ਕੋਈ ਹੋਰ ਕੋਈ ਇਕੱਠਾ ਕਰੀ ਜਾ ਰਿਹਾ ਹੈਗਾ ਹੁਣ ਦੇਖਦੇ ਆ ਕਿ ਪਰਗਟ ਸਿੰਘ ਹੋਣਾ ਨੂੰ ਕਦੋਂ ਮੌਕਾ ਮਿਲਦਾ ਹੈਗਾ ਜੀ ਤੇ ਉਹ ਪਰਗਟ ਸਿੰਘ ਹਣੀਏ ਕਦੀ ਉਹਨਾਂ ਨੇ ਮਾੜੀ ਪੋਲਿਟਿਕਸ ਨਹੀਂ ਕੀਤੀ ਹੈਗੀ ਉਹਨਾਂ ਨੇ ਪੰਜਾਬ ਨੂੰ ਧਿਆਨ ਵਿੱਚ ਰੱਖਦੇ ਹੋਏ ਪੋਲਿਟਿਕਸ ਕੀਤੀ ਆ ਚੰਗੀ ਸੋਚ ਦੇ ਨਾਲ ਪੋਲਿਟਿਕਸ ਕੀਤੀ ਆ ਇਸੇ ਕਰਕੇ ਉਹ ਲਗਾਤਾਰ ਤਿੰਨ ਪਾਰਟੀਆਂ ਤੋਂ ਪਹਿਲਾਂ ਕਾਲੀ ਦਲ ਤੋਂ ਜਿੱਤੇ ਫਿਰ ਕਾਂਗਰਸ ਜਿੱਤੇ ਫਿਰ ਇੱਕ ਨਵੀਂ ਪਾਰਟੀ ਬਣਾਉਂਦੀ ਕੋਸ਼ਿਸ਼ ਫਿਰ ਜਿੱਤੇ ਨਾ ਔਰ ਪੰਜਾਬ ਦੇ ਵਿੱਚ ਪਹਿਲਾ ਐਜੂਕੇਸ਼ਨ ਮਨਿਸਟਰ ਆ ਜਿਹੜਾ ਜਿੱਤ ਗਿਆ ਕਿਉਂਕਿ ਉਹਨਾਂ ਨੇ ਹਮੇਸ਼ਾ ਨਰੋਈ ਗੱਲ ਕੀਤੀ ਹੈਗੀ ਹੁਣ ਦੇਖਦੇ ਆ ਕਿ ਮੁੱਖ ਮੰਤਰੀ ਭਗਵੰਤ ਮਾਨ ਹੁਣੀ ਉਹਨਾਂ ਨੂੰ ਕਦੋਂ ਲੈ ਕੇ ਜਾਂਦੇ ਪਰ ਮੈਨੂੰ ਲੱਗਦਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਉਥੇ ਜਾਣ ਤੋਂ ਪਹਿਲਾਂ ਜੇ ਜਾਣਾ ਹੋਇਆ ਜੇ ਜਾਣ ਤੋਂ ਪਹਿਲਾਂ ਉੱਥੋਂ ਦਾ ਜੇ ਐਸਐਸਪੀ ਡੀਸੀ ਨਹੀਂ ਕਾਰਵਾਈ ਕਰ ਦਿੰਦਾ ਤੇ ਉਸ ਇਲਾਕੇ ਦੇ ਦੋਨੇ ਐਸਐਸਪੀ ਤੇ ਡੀਸੀ ਸਸਪੈਂਡ ਕਰ ਦੇਣੇ ਚਾਹੀਦੇ ਹੈਗੇ ਨੇ ਐਸਐਚਓ ਐਸਡੀਐਮ ਤਹਿਸੀਲਦਾਰ ਮਾਈਨਿੰਗ ਅਫਸਰ ਨਹੀਂ ਸਸਪੈਂਡ ਕਰਨ ਦੀ ਲੋੜ ਹੈਗੀ ਐਸਐਸਪੀ ਤੇ ਜਿਹੜਾ ਡਿਪਟੀ ਕਮਿਸ਼ਨਰ ਆ ਇਹਨਾਂ ਨੂੰ ਸਸਪੈਂਡ ਕਰਨਾ ਚਾਹੀਦਾ ਕਿਉਂਕਿ ਅਸੀਂ ਕਾਵਾਂ ਦੇ ਬੱਚੇ ਮਾਰ ਰਹੇ ਨੇ ਚਿੜੀਆਂ ਦੇ ਬੱਚੇ ਮਾਰ ਰਹੇ ਨੇ ਅਸੀਂ ਤੇ ਕਾਵਾਂ ਦੇ ਪਿਓ ਮਾਰਨੇ ਨੇ ਆਪਾਂ ਇੱਕ ਕਹਿੰਦੇ ਨਾ ਕਾ ਮਾਰਕੇ ਡੰਗੋ ਮੈਂ ਕਹਿੰਦਾ ਕਾਵਾਂ ਦੇ ਦਾਦੇ ਪਰਦਾਦੇ ਮਾਰਨੇ ਚਾਹੀਦੇ ਜਿਹੜੇ ਪੰਜਾਬ ਦੀ ਬਿਊਰੋਕ੍ਰੇਸੀ ਨਾ ਕਰਪਟ کئی ਬਹੁਤ ਚੰਗੇ ਅਫਸਰ ਨੇ ਜਿਹੜੇ ਕਰਪਟ ਕਾਨ ਉਹ ਦਾਦੇ ਪਰਦਾਦੇ ਮਾਰਨੇ ਚਾਹੀਦੇ ਹੈਗੇ ਨੇ ਪਰ ਦੇਖਦੇ ਆ ਕਿ ਹੁਣ ਮੁੱਖ ਮੰਤਰੀ ਸਾਹਿਬ ਕਦੋਂ ਪ੍ਰਗਟ ਸਿੰਘ ਹੁਣ ਨਾਲ ਲੈ ਕੇ ਜਾਂਦੇ ਨੇ ਪਰ ਮਾਈਨਿੰਗ ਬਾਤ ਹੋ ਰਹੀ ਹੈ ਪੰਜਾਬ ਦੇ ਕਿਸੇ ਵੀ ਕੋਨੇ 'ਚ ਚੱਲੂ ਮਾਈਨਿੰਗ ਹੋ ਰਹੀ ਹੈ ਰੋਪੜ ਦੀ ਗੱਲ ਕਰ ਲੋ ਪਠਾਨਕੋਟ ਦੀ ਗੱਲ ਕਰ ਲੋ ਪਟਿਆਲਾ ਦੀ ਗੱਲ ਕਰ ਲੋ ਮੋਗਾ ਦੀ ਗੱਲ ਕਰ ਲੋ ਜਲੰਧਰ ਦੀ ਗੱਲ ਕਰ ਲੋ ਔਰ ਸਿਆਪਾ ਇਸ ਗੱਲ ਦਾ ਜਿੱਥੇ ਦਰਿਆ ਨਦੀਆਂ ਵੀ ਨਹੀਂ ਹੈਗੀਆਂ ਉੱਥੇ ਵੀ ਮਾਈਨਿੰਗ ਹੋ ਰਹੀ ਹੈਗੀਆ ਇਹ ਕੌਣ ਕਰਵਾ ਰਿਆ ਹੈਗਾ ਹੂੰ ਤਾਂ ਨੀ ਕਾਲੀਆਂ ਦੀ ਸਰਕਾਰ ਹੂੰ ਤਾਂ ਨੀ ਕਾਂਗਰਸ ਦੀ ਸਰਕਾਰ ਹੂੰ ਤਾਂ ਝਾੜੂ ਵਾਲੇ ਦੀ ਸਰਕਾਰ ਤੇ ਝਾੜੂ ਵਾਲੇ ਦੱਸਣ ਕਿ ਤੁਹਾਡੀ ਸਰਕਾਰ ਦੇ ਵਿੱਚ ਕੌਣ ਮਾਈਨਿੰਗ ਕਰਵਾ ਰਿਹਾ ਹੈ ਇਸੇ ਕਰਕੇ ਕੁਮਰਵਿਜੇ ਪ੍ਰਤਾਪ ਹੋਣਾਂ ਦੀ ਗੱਲ ਸੱਚੀ ਆ 100% ਸੱਚੀ ਹੈ ਕਿ ਪੰਜਾਬ ਨੂੰ 마ਫੀਆ ਚਲਾ ਰਿਆ ਪੰਜਾਬ ਨੂੰ ਸਰਕਾਰਾਂ ਨੇ ਚਲਾਉਂਦੇ ਆ ਉਹ 마ਫੀਆ ਕਾਲੀਆਂ ਵਾਲਿਆਂ ਵਲੇ ਹਾਵੀ ਸੀ ਉਹ 마ਫੀਆ ਕਾਂਗਰਸ ਵਲੇ ਹਾਵੀ ਸੀ ਉਹ 마ਫੀਆ ਝਾੜੂ ਵਾਲਿਆਂ ਵਲੇ ਹਾਵੀ ਆ ਜੀ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ 16 ਨੇ ਸੱਚ ਦੇ ਵਿੱਚ ਵਿਧਾਨ ਸਭਾ ਦੇ ਅੰਦਰ ਅੱਜ ਜੋ ਕੁਝ ਖਾਸ ਰਿਹਾ ਚਰਚਾ ਦਾ ਵਿਸ਼ਾ ਬਣਿਆ ਉਸ ਦੇ ਉੱਤੇ ਅਸੀਂ ਗੱਲਬਾਤ ਕੀਤੀ ਹੈ ਤੁਹਾਡਾ ਇਹਨਾਂ ਮੁੱਦਿਆਂ ਬਾਰੇ ਕੀ ਸੋਚਣਾ ਹੈ ਆਪਣੇ ਵਿਚਾਰ ਵੀ ਜਰੂਰ ਦੱਸਿਓ ਸਾਂਝੇ ਕਰਿਓ ਫਿਲਹਾਲ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ